ਅਵਸਥਾ ਕੀ ਹੈ ਜਿਹੜੀ ਜਿਵੇਂ ਸਾਹਿਬਜ਼ਾਦੇ ਛੋਟੀ ਉਮਰ 'ਚ ਈਣ ਨਹੀਂ ਮੰਨੀ, ਸ਼ਹਾਦਤ ਪ੍ਰਾਪਤ ਕਰ ਗਏ, ਨੀਆਂ 'ਚ ਚਿਣੇ ਗਏ, ਫਿਰ ਉਹ ਅਵਸਥਾ ਕੀ ਸੀ? ਸੰਸਕਾਰ ਮਾਂ ਬਾਪ ਦੇ ਦਿੱਤੇ, ਦਾਦੀ ਦੇ ਸੰਸਕਾਰ ਦਿੱਤੇ ਹੋਏ। ਜਦ ਘਰ ਦੇ ਵਿੱਚ ਗੁਰਬਾਣੀ ਚੱਲਣੀ ਹੈ, ਗੁਰਾਂ ਦਾ ਪਿਆਰ ਚੱਲਣਾ, ਪਰਮੇਸ਼ਵਰ ਦੀ ਭਗਤੀ ਚੱਲਣੀ ਹੈ, ਉਹਦਾ ਪ੍ਰਭਾਵ ਹੈ, ਫਰਕ ਪੈਂਦਾ ਇਸ? ਬਿਲਕੁਲ ਪੈਂਦਾ। ਜੇ ਤੁਹਾਡੇ ਘਰ ਦੇ ਵਿੱਚ ਪਾਠ ਹੁੰਦਾ, ਗੁਰਬਾਣੀ ਹੁੰਦੀ ਹੈ, ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਤੁਹਾਡੀ ਔਲਾਦ ਵੀ ਕਰੂਗੀ। ਤੁਹਾਡਾ ਪਿਓ ਤੁਹਾਨੂੰ ਕੀ ਸਿਖਾਉਂਦਾ ਹੈ? ਬਸ ਇਸ ਗੱਲ ਨਾਲ ਬਿਲਕੁਲ ਡਿਪੈਂਡ ਕਰਦਾ। ਸਾਡੇ ਜੇ ਤੁਸੀਂ ਇਹ ਕਹਿ ਰਹੇ ਹੋ ਵੀ ਸਾਹਿਬਜ਼ਾਦਿਆਂ ਨੇ ਆਪਦੇ ਪਿਓ ਦੀ ਮੰਨੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਦਾਦੇ ਦੀ ਮੰਨੀ, ਬਿਲਕੁਲ ਬਿਲਕੁਲ, ਦਾਦਾ ਸ਼ਹੀਦ ਹੋਇਆ, ਉਹਨਾਂ ਦੇ ਤਾਂ ਖੂਨ ਦੇ ਵਿੱਚ ਗੁਰਬਾਣੀ ਸੀ। ਇੱਕ ਛੋਟੇ ਛੋਟੇ ਬੱਚੇ, ਮਾਸੂਮ, ਖੇਡਣ ਕੁੱਦਣ ਵਾਲੇ, ਫਲ ਖਾਣ ਵਾਲੇ, ਦੁੱਧ ਪੀਣ ਵਾਲੇ ਬੱਚਿਆਂ ਦੇ ਤੁਸੀਂ ਉਹਨਾਂ ਨੂੰ ਟੱਚ ਤੋਂ ਮਸ ਨਹੀਂ ਕਰ ਸਕੇ? ਇਹਦਾ ਮਤਲਬ ਉਹਨਾਂ ਦਾ ਖੂਨ ਹੀ ਇਹੋ ਜਿਹਾ ਸੀ, ਸ਼ਹੀਦਾਂ ਦਾ ਖੂਨ ਸੀ ਉਹ। ਬਾਬੇ ਨਾਨਕ ਨੇ ਸਾਰਾ ਕੁਛ ਪ੍ਰਾਪਤ ਕਰਨ ਤੋਂ ਬਾਅਦ ਖੇਤੀ ਕਰੀ, ਉਹ ਵੀ ਡੇਰਾ ਖੋਲ ਕੇ ਬਹਿ ਸਕਦਾ ਸੀ। ਹਾਂ, ਬਾਬਾ ਜੀ ਦੇ ਪੈਰ ਘੁੱਟਦੇ, ਉਹ ਵੀ ਗੁਰਦੁਆਰਾ ਬਣਾ ਕੇ। ਦੇਖੋ ਇਹ ਆਪਣੀ ਆਪਣੀ ਅਵਸਥਾ ਹੁੰਦੀ ਹੈ। ਬਾਬੇ ਨਾਨਕ ਜੀ ਦੀ ਅਵਸਥਾ ਤਾਂ ਬਹੁਤ ਉੱਚੀ ਸੀ, ਬਹੁਤ ਉੱਚੀ ਸੀ, ਬਹੁਤ ਉੱਚੀ ਸੀ। 12 ਕਾਰਾਂ ਲੈ ਕੇ, ਕੋਠੀਆਂ ਬਣਾ ਕੇ, ਬੜੇ ਬੜੇ ਬਿਜ਼ਨਸ ਚਲਾ ਕੇ ਅਸੀਂ ਗੁਰਬਾਣੀ ਦੇ ਨਾਲ ਤਾਂ ਨਹੀਂ ਜੁੜੇ। ਖੋਖਲੇ ਆ, ਬਿਲਕੁਲ ਖੋਖਲੇ, ਥੋਥੇ, ਔਰ ਅਸੀਂ ਐਵੇਂ ਹੀ ਜਾਣਾ, ਖਾਲੀ ਜਾਣਾ। ਗੁਰਬਾਣੀ ਨਹੀਂ ਪੜ੍ਹੀ, ਨਾਮ ਨਹੀਂ ਜਪਿਆ, ਤਾਂ ਤੁਸੀਂ ਜਿਵੇਂ ਆਏ ਸੀ ਉਵੇਂ ਹੀ ਚਲੇ ਗਏ, ਦੁਬਾਰਾ ਫਿਰ ਆਉਣਾ ਪਊਗਾ। ਇਹ ਗੇੜ ਹੈ 84 ਦਾ, ਮੰਨਦੇ ਹੋ ਤੁਸੀਂ? 100% ਹੈ ਮੰਨਣਾ, ਇੱਕ ਹੋਰ ਗੱਲ ਹੈ, ਜਦ ਪਤਾ ਹੈ ਸਾਨੂੰ ਪਤਾ ਹੈ, ਮੰਨਣਾ ਨਹੀਂ ਹੈ। ਜਿਹੜੇ ਲੋਕ ਮੇਰੀ ਵੀਡੀਓ ਦੇਖ ਰਹੇ ਆ, ਨੋਟ ਕਰ ਲੈਣ ਗੱਲ, ਮੇਰੀ ਕਪਾਲ ਕਿਰਿਆ ਹੋਈ ਹੋਈ ਹੈ, ਕਪਾਲ ਕਿਰਿਆ ਹੋ ਚੁੱਕੀ ਹੈ, ਇਸ ਗੱਲ ਨੂੰ 13 ਸਾਲ ਹੋ ਗਏ, ਮੈਂ ਸ਼ਾਂਤ ਬੈਠਾ। ਉਹ ਕੀ ਹੁੰਦੀ ਹੈ ਕਪਾਲ ਕਿਰਿਆ? ਕਪਾਲ ਕਿਰਿਆ ਦਾ ਮਤਲਬ ਹੈ ਆਤਮਾ ਖੋਪੜੀ ਪੜ ਕੇ ਜਾ ਚੁੱਕੀ ਹੈ, ਮੈਂ ਆਤਮਾ ਤੋਂ ਬਗੈਰ ਬੈਠਾ ਉਰੇ। ਜੋ ਮੈਂ ਹੈ ਉਹਨੂੰ ਪਛਾਣਨ ਵਾਸਤੇ, ਉਹਨੂੰ ਪਛਾਣਨ ਵਾਸਤੇ ਜਿਹੜੇ ਬੰਦੇ ਕੋਸ਼ਿਸ਼ ਕਰਨੇ, ਕਈ ਜਨਮ ਲੱਗ ਜਾਣਗੇ ਪਰ ਮੈਨੂੰ ਪਛਾਣ ਨਹੀਂ ਸਕਣਗੇ। ਕਈ ਜਨਮ ਕਹਿੰਦਾ ਮੈਂ, ਕਈ ਜਨਮ। ਕੋਈ ਕਮੀ ਹੈ? ਕੋਈ ਕਮੀ ਨਹੀਂ ਹੈ, ਕੋਈ ਕਮੀ ਨਹੀਂ। ਜੋ ਦੌਲਤ ਮੇਰੇ ਕੋਲ ਹੈ ਸੰਸਾਰ ਦੇ ਵਿੱਚ, ਦੁਰਲਭ ਹੈ ਨਹੀਂ ਕਿਸੇ ਕੋਲ ਹੈ ਨਹੀਂ। ਮੱਕੜ ਸਾਹਿਬ ਇਹ ਸੱਚ ਹੈ, ਕਿਸੇ ਕੋਲ ਹੈ ਨਹੀਂ, ਉਹ ਦੌਲਤ ਕਿਸੇ ਕੋਲ ਹੈ ਨਹੀਂ। ਸਾਰਿਆਂ ਦੀ ਅਵਸਥਾ ਕਿਤੇ ਜਾ ਕੇ ਆਈ ਹੈ ਜਾਂ ਘਰੇ ਬਹਿ ਕੇ? ਨਾ, ਘਰੇ ਬੈਠ ਕੇ ਆਈ ਹੈ, ਕਿਤੇ ਨਹੀਂ ਗਏ। ਅਵਸਥਾ ਗ੍ਰਸਤ ਦੇ ਵਿੱਚ ਰਹਿੰਦੇ ਹੋਏ, ਗ੍ਰਸਤੀ ਕਰ ਗ੍ਰਸਤੀ ਦੇ ਵਿੱਚ ਹੀ ਘਰੇ ਆਈ ਹੈ। ਪੂਰਨ ਬ੍ਰਹਮ ਗਿਆਨ ਘਰੇ ਹੀ ਹੋਇਆ, ਪਾਰ ਬ੍ਰਹਮ ਗਿਆਨ ਘਰ ਹੀ ਹੋਇਆ, ਅਮਰ ਪਦ ਘਰੇ ਹੀ ਮਿਲਿਆ। ਮੇਰੇ ਕੋਲ 1400 ਦੀ ਭਗਵਤ ਗੀਤਾ ਹੈ, ਮੈਨੂੰ ਹਰਿਦੁਆਰ ਤੋਂ ਮਿਲੀ ਸੀ। ਉਹਦੇ ਵਰਗਾ ਗਿਆਨ ਮੈਂ ਕਿਤੇ ਅੱਜ ਤੱਕ ਨਾ ਸੁਣਿਆ, ਨਾ ਕਿਸੇ ਨੂੰ ਪਤਾ, ਨਾ ਕਿਸੇ ਨੇ ਦਿੱਤਿਆ, ਨਾ ਕਿਸੇ ਪ੍ਰਚਾਰਕ ਨੇ ਕਿਹਾ ਜੋ ਉਹਦੇ 'ਚ ਲਿਖਿਆ ਹੈ। ਮੇਰੇ ਕੋਲ ਜਪਜੀ ਸਾਹਿਬ ਵੀ ਸੰਸਕ੍ਰਿਤ ਦੇ ਵਿੱਚ ਹੈ। ਸੰਸਕ੍ਰਿਤ? ਹਾਂ, ਦੇਖੋ ਉਹ 150 ਸਾਲ ਪਹਿਲਾਂ ਪੜ੍ਹ ਲੈਂਦੇ ਹੋ ਸੰਸਕ੍ਰਿਤ, ਲਾਹੌਰ ਦਾ ਸ਼ਬਦ ਹੈ, ਨਾਲ ਹਿੰਦੀ ਹੈ। ਕੁਛ ਬੰਦੇ ਦਿਲ ਦੇ ਨੇੜੇ ਹੁੰਦੇ ਹੈ, ਕੁਛ ਬੰਦਿਆਂ ਤੋਂ ਸਿੱਖਣ ਨੂੰ ਮਿਲਦਾ ਹੈ, ਕੁਛ ਬੰਦਿਆਂ ਨਾਲ ਗੱਲਬਾਤ ਕਰਕੇ ਚੰਗਾ ਲੱਗਦਾ ਹੈ। ਸਰਹੰਦ ਵਾਲੇ ਬਾਬਾ ਜੀ, ਢਾਬੇ ਵਾਲੇ ਬਾਬਾ ਜੀ ਅਕਸਰ
ਬਹੁਤ ਥਾਵਾਂ ਤੇ ਤੁਸੀਂ ਸੁਣੇ ਆ, ਮੇਰੇ ਨਾਲ ਵੀ ਪਹਿਲਾਂ ਇੰਟਰਵਿਊਆਂ ਹੋਈਆਂ ਔਰ ਵੱਖ-ਵੱਖ ਚੈਨਲਾਂ ਤੇ ਤੁਸੀਂ ਸੁਣਦੇ ਰਹਿੰਦੇ ਹੋ। ਅੱਜ ਦਿਲ ਕੀਤਾ ਕਿ ਫਤਿਹਗੜ੍ਹ ਸਾਹਿਬ ਆਏ, ਸਰਹੰਦ ਆਏ ਤਾਂ ਇਹਨਾਂ ਦੇ ਕੋਲ ਵੀ ਹੋਈ ਜਾਈਏ, ਗੱਲਬਾਤ ਕਰਾਂਗੇ ਅੱਜ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਮੈਨੂੰ ਹੁਣੇ ਥੋੜ੍ਹੀ ਦੇਰ ਪਹਿਲਾਂ ਕਿਹਾ ਕੈਮਰੇ ਤੋਂ ਪਾਰ ਕੇ ਅਸੀਂ ਗੁਰਬਾਣੀ ਤੋਂ ਦੂਰ ਹੋ ਗਏ, ਮਨਮਤ ਦੇ ਨੇੜੇ ਹੋ ਗਏ, ਐ ਕਿਉਂ ਲੱਗਦਾ ਤੁਹਾਨੂੰ? ਨਹੀਂ ਲੱਗਦਾ ਨੀ, ਇਹ ਹੈ ਹੀ ਹੈ। ਲੱਗਣਾ ਇੱਕ ਹੋਰ ਚੀਜ਼ ਹੁੰਦੀ ਹੈ, ਲੱਗਣਾ ਦਾ ਮਤਲਬ ਹੈ ਹੋਊਗਾ। ਹਾਂ, ਲਿਖਣੇ ਤਾਂ ਹੋ ਰਿਹਾ। ਕਿਵੇਂ? ਗੁਰਬਾਣੀ ਦੇ ਜਿਹੜੀ ਵਿਚਾਰਧਾਰਾ ਹੈ ਉਹ ਤੋਂ ਅਸੀਂ ਵਾਕਈ ਅਲੱਗ ਹੈ, ਦੂਰ ਹੈ। ਰੌਲਾ ਅਸੀਂ ਬਹੁਤ ਪਾਉਂਦੇ ਹਾਂ, ਨਾਮ ਜਪੋ ਵੰਡ ਛਕੋ ਰੌਲਾ ਬਹੁਤ ਪਾਉਂਦੇ ਹਾਂ, ਲੇਕਿਨ ਇਸ ਤੋਂ ਅਸੀਂ ਦੂਰ ਹਾਂ। ਅਸੀਂ ਸਿਰਫ ਮੈਂ ਇਹ ਗੱਲ ਕਹੂੰਗਾ ਵੀ ਜ਼ਿਆਦਾਤਰ ਲੰਗਰਾਂ ਤੱਕ ਹੀ ਸੀਮਤ ਰਹਿ ਗਏ। ਅਸੀਂ ਸੋਚਦੇ ਸਾਨੂੰ ਲੰਗਰਾਂ ਦਾ ਅਹੰਕਾਰ ਹੋ ਗਿਆ, ਇਹ ਵੀ ਅਹੰਕਾਰ ਹੈ। ਅਹੰਕਾਰ ਹੋ ਗਿਆ, ਬਿਲਕੁਲ ਅਹੰਕਾਰ ਹੈ, ਲੇਕਿਨ ਅਹੰਕਾਰ ਇੱਕ ਸੂਖਸ਼ਮ ਅਹੰਕਾਰ ਹੁੰਦਾ, ਇੱਕ ਅਹੰਕਾਰ ਹੁੰਦਾ। ਇਹ ਸ਼ਬਦ ਅਹੰਕਾਰ ਹੈ, ਗੁਰਬਾਣੀ ਪੰਜਾਬੀ 'ਚ ਅਸੀਂ ਅਹੰਕਾਰ ਕਹਿੰਦੇ ਹਾਂ, ਲੇਕਿਨ ਇਹ ਸ਼ਬਦ ਸੰਸਕ੍ਰਿਤ ਦਾ ਅਹੰਕਾਰ, ਇਹਨੂੰ ਅਸੀਂ ਅਹੰਕਾਰ ਕਹਿ ਕੇ ਆਪਣਾ ਕੰਮ ਚਲਾਈ ਜਾਂਦੇ ਹਾਂ। ਅਸੀਂ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਸਾਨੂੰ ਅਹੰਕਾਰ ਪੈਦਾ ਹੋਈ ਜਾਂਦਾ। ਸਾਡੇ ਵਰਗੇ ਲੰਗਰ ਕੋਈ ਲਾ ਨਹੀਂ ਸਕਦਾ, ਸਾਡੇ ਵਰਗਾ ਕੋਈ ਦਾਨੀ ਹੈ ਨਹੀਂ, ਸਾਡੇ ਵਰਗਾ ਜਿਵੇਂ ਭੁਚਾਲ ਆ ਗਿਆ, ਸਭ ਤੋਂ ਪਹਿਲਾਂ ਮੂਹਰੇ ਸਿੱਖ ਹੁੰਦੇ ਆ, ਸਰਦਾਰ ਹੁੰਦੇ ਆ, ਇਹ ਅਹੰਕਾਰ ਹੋ ਗਿਆ। ਇਹ ਅਹੰਕਾਰ ਹੈ, ਤੁਸੀਂ ਸੇਵਾ ਕਰਦੇ ਰਹੋ, ਲੇਕਿਨ ਅਹੰਕਾਰ ਕਿਸ ਗੱਲ ਦਾ ਹੈ? ਗੁਰਬਾਣੀ ਦੇ ਉਲਟਾ, ਅਹੰਕਾਰ ਤਾਂ ਗੁਰਬਾਣੀ ਦੇ ਉਲਟਾ। ਇਹਦਾ ਮਤਲਬ ਤੁਸੀਂ ਕੰਮ ਕਰ ਰਹੇ ਹੋ, ਸੇਵਾ ਕਰ ਰਹੇ ਹੋ, ਗੁਰਬਾਣੀ ਤੋਂ ਤੁਸੀਂ ਦੂਰ ਹੋ। ਜੇ ਗੁਰਬਾਣੀ ਦੇ ਨਾਲ ਜੁੜੇ ਰਹੋ ਤਾਂ ਅਹੰਕਾਰ ਹੋਵੇ ਹੀ ਨਾ। ਸਮਰਪਣ ਦੀ ਭਾਵਨਾ ਹੈਗੀ? ਹੈ ਨਹੀਂ, ਨਹੀਂ ਹੈ, ਆਹੀ ਤਾਂ ਰੌਲਾ। ਅਹੰਕਾਰ ਤਾਂ ਆਹੀ ਹੁੰਦਾ ਜੇ ਸਮਰਪਣ ਦੀ ਭਾਵਨਾ ਨਾ ਹੋਵੇ। ਤੁਹਾਡੀਆਂ ਗੱਲਾਂ ਚੰਗੀਆਂ ਨਹੀਂ ਲੱਗਣੀਆਂ ਬਹੁਤਿਆਂ ਨੂੰ। ਖੈਰ, ਜੇ ਚੰਗੀਆਂ ਨਹੀਂ ਲੱਗਣਗੀਆਂ, ਕਮ ਸੇ ਕਮ ਵਿਚਾਰ ਤਾਂ ਕਰਨਗੇ ਵੀ ਇਹਦੀ ਗੱਲ ਸੁਣਨੀ ਚਾਹੀਦੀ ਹੈ। ਮੈਂ ਕਿਸੇ ਨੂੰ ਸਮਝਾਉਣ ਵਾਸਤੇ ਨਹੀਂ ਆਇਆ। ਮੈਂ ਜਿਵੇਂ ਮਿੱਠੇ ਦੇ ਲੰਗਰ ਲਾ ਦਿੰਦੇ ਆ, ਕਈਆਂ ਦਾ ਇਹ ਮੰਨਣਾ ਵੀ ਇਹਨਾਂ ਦਿਨਾਂ 'ਚ ਸ਼ਹੀਦੀਆਂ ਹੋਈਆਂ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਮਾਤਾ ਜੀ ਦੀ ਸ਼ਹਾਦਤ, ਇੰਨੇ ਸਿੰਘ ਸ਼ਹੀਦ ਹੋਏ, ਤੁਹਾਨੂੰ ਲੱਗਦਾ ਇਹ ਦੁਨਿਆਵੀ ਗੱਲ ਹੈ ਵੀ ਮਿੱਠਾ ਖਾਣਾ ਨਹੀਂ ਚਾਹੀਦਾ ਇਹਨਾਂ ਦਿਨਾਂ 'ਚ, ਜਾਂ ਇਹਨਾਂ ਦਿਨਾਂ 'ਚ ਵਿਆਹ ਨਾ ਕਰੋ ਜਾਂ ਜਸ਼ਨ ਨਾ ਮਨਾਓ? ਦੇਖੋ, ਸਮਾਜਿਕ ਗੱਲਾਂ ਇੱਕ ਅਲੱਗ ਚੀਜ਼ ਹੈ, ਸਮਾਜਿਕ ਜ਼ਰੂਰਤਾਂ ਇੱਕ ਅਲੱਗ ਚੀਜ਼ ਹੈ, ਉਹ ਅਲੱਗ ਚੀਜ਼ ਹੈ। ਇੱਕ ਇਸ ਸਿੱਖੀ ਦੇ ਨੇੜੇ ਜਾ ਕੇ, ਸਿੱਖੀ ਅਪਣਾ ਕੇ, ਆਪਾਂ ਸਿੱਖਿਜ਼ਮ ਦੇ ਵਿੱਚ ਸਿੱਖੀ ਦੀਆਂ ਹੀ ਗੱਲਾਂ ਕਰੋ। ਜੇ ਕਿਤੇ ਲਿਖਿਆ ਹੋਇਆ ਵੀ ਸਾਨੂੰ ਮਿੱਠਾ ਖਵਾਉਣਾ ਚਾਹੀਦਾ ਹੈ ਇਹਨਾਂ ਮੌਕੇ 'ਤੇ, ਆਹ ਮਹੀਨੇ ਦੇ ਵਿੱਚ, ਆਹ ਮਹੀਨੇ ਦੇ ਵਿੱਚ ਸਾਨੂੰ ਸ਼ੁਭ ਕੰਮ ਕਰਨੇ ਚਾਹੀਦੇ ਹੈ, ਜੇ ਸਾਡਾ ਅੰਦਰ ਸਾਫ਼ ਹੈ ਤਾਂ ਸਾਨੂੰ, ਮੈਂ ਤਾਂ ਕਹਿਣਾ ਵੀ ਕੋਈ ਸ਼ੁਭ ਕੰਮ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ ਜੇ ਅਸੀਂ ਸਿੱਖੀ ਦੇ ਨੇੜੇ ਹਾਂ ਤਾਂ। ਮਤਲਬ ਤੁਸੀਂ ਕਹਿੰਦੇ ਹੋ ਨਾ ਵਿਆਹ ਕਰੋ, ਨਾ ਜਸ਼ਨ ਮਨਾਓ, ਨਾ ਦੁਨਿਆਵੀ ਤੌਰ ਦੇ ਉੱਤੇ ਜੋ ਜਸ਼ਨ ਨਹੀਂ ਹੋਣਾ ਚਾਹੀਦਾ, ਵਿਆਹ ਕਰੋ, ਜਸ਼ਨ ਨਹੀਂ ਹੋਣਾ, ਜਸ਼ਨ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਅਸੀਂ ਸਿੱਖੀ ਦੇ ਰੁਸਤਬ ਰੂਪ ਦੇ ਨਾਲ ਪਿਆਰ ਕਰਦੇ ਹਾਂ, ਗੁਰਬਾਣੀ ਨਾਲ ਜੁੜੇ ਹੋਏ ਹਾਂ, ਤਾਂ ਦਿਖਾਵਾ ਨਾ ਕਰੋ। ਅਸੀਂ ਦਿਖਾਵੇ ਨੇ ਤਾਂ ਮਾਰੇ ਪਏ ਹਾਂ, ਗਰੀਬੀ ਦਾ ਕਾਰਨ ਕੀ ਹੈ? ਦਿਖਾਵਾ। ਜੇ ਦਿਖਾਵਾ ਨਾ ਹੋਵੇ, ਸਾਰਿਆਂ ਕੋਲ ਪੈਸਾ ਹੋਵੇ, ਸਾਡੇ ਕੋਲ ਟੈਚੀ ਹੁੰਦਾ 15,000 ਦਾ, ਜੇਬ 'ਚ ਹੁੰਦਾ ਸਾਡੇ ਕੋਲ 2,000 ਰੁਪਈਆ, ਜੇ 2,000 ਦਾ ਟੈਚੀ ਹੋਵੇ, 15,000 ਜੇਬ 'ਚ ਹੋਵੇ, ਬੰਦੇ ਦੀ ਸ਼ਾਨ ਨਿਰਾਲੀ ਨਹੀਂ ਹੋਊਗੀ, ਉਲਟ ਕੰਮ ਕਰ ਰਿਹਾ ਸੀ। ਭੇਡ ਚਾਲ ਹੈ ਇਹ? ਨਹੀਂ, ਭੇਡ ਚਾਲ ਦੂਜੇ ਨੂੰ ਦੇਖ ਕੇ ਭੇਡ ਚਾਲ ਵੀ ਹੋ ਸਕਦੀ ਹੈ, ਸਾਨੂੰ ਭੇਡਾਂ ਬਣਾਇਆ ਗਿਆ। ਧਰਮ ਵੀ ਭੇਡ ਚਾਲ ਹੈ? ਧਰਮ ਤਾਂ ਭੇਡ ਚਾਲ ਹੁੰਦੀ ਹੋਈ ਹੈ, ਕੋਈ ਵੀ ਧਰਮ ਹੈਗਾ ਨਾ, ਪਹਿਲੀ ਗੱਲ ਧਰਮ ਤਾਂ ਇੱਕ ਹੈ, ਇੱਕ ਹੈ ਧਰਮ, ਇੱਕ ਹੈ, ਹਜ਼ਾਰਾਂ ਧਰਮ, 10 ਧਰਮ, 50 ਧਰਮ, 100 ਧਰਮ ਨਹੀਂ ਹੈ। ਜਿਹੜਾ ਬੰਦਾ ਕਹਿੰਦਾ ਇੰਨੇ ਧਰਮ ਹੈ, ਉਹਨੂੰ ਧਰਮ ਦਾ ਗਿਆਨ ਨਹੀਂ। ਧਰਮ ਦਾ ਮਤਲਬ ਹੈ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ।
ਆਤਮਾ ਨੂੰ ਪਰਮਾਤਮਾ ਦੇ ਵਿੱਚ ਇੱਕ ਮਿੱਕ ਕਰਨਾ, ਨਾਮ ਜਪ ਕੇ, ਸਿਮਰਨ ਕਰਕੇ, ਤਪ ਕਰਕੇ, ਸੇਵਾ ਕਰਕੇ, ਸਮਰਪਣ ਕਰਕੇ, ਤੇ ਅਸੀਂ ਕਰ ਕੀ ਰਹੇ ਹਾਂ? ਜੇ ਮੈਂ ਧੂਫ ਜਗਾ ਕੇ, ਮੋਮਬੱਤੀ ਜਗਾ ਕੇ, ਦੀਵਾ ਜਗਾ ਕੇ ਕਰ, ਮੈਂ ਕੋਈ ਧਰਮ ਥੋੜੀ ਕਰ ਰਿਹਾ। ਉਹਦਾ ਇੱਕ ਕਿਰਿਆ ਹੈ, ਬਾਹਰੀ ਕਿਰਿਆ ਹੈ। 18-18 ਦਾ ਗੁਰਦੁਆਰੇ ਹੋ ਗਏ ਇੱਕ ਇੱਕ ਪਿੰਡ ਦੇ ਵਿੱਚ। ਇੱਕ ਪਿੰਡ ਹੈ ਜਿੱਥੇ 18 ਗੁਰਦੁਆਰੇ ਹੈ। ਇਹ ਵੀ ਹੰਕਾਰ ਹੈ, ਹਰ ਜਾਤ ਦਾ ਵੱਖਰਾ ਗੁਰਦੁਆਰਾ, ਜਾਤ ਦਾ ਹੰਕਾਰ ਹੈ। ਮੈਂ ਦੱਸੂਗਾ ਵੀ ਫਰਕ ਕੀ ਹੈ, ਅਹੰਕਾਰ ਹੀ ਹੈ। ਅਹੰਕਾਰ ਨਾ ਹੋਵੇ ਤਾਂ ਇੱਕੋ ਹੀ ਬਹੁਤ ਹੈ। ਜਿਹੜੇ ਵੱਖ ਵੱਖ ਗੁਰਦੁਆਰੇ ਬਣ ਗਏ ਇਹ ਅਹੰਕਾਰ ਹੈ। ਜੇ ਕੋਈ ਨਹੀਂ ਸਮਝ, ਅਸਲ ਦੇ ਵਿੱਚ ਕੋਈ ਮੰਨਣ ਨੂੰ ਤਿਆਰ ਨਹੀਂ, ਮੈਂ ਨਾ ਮੰਨੂ, ਅਹੰਕਾਰ ਹੈ ਬਸ। ਜਾਤ ਦਾ ਅਹੰਕਾਰ ਹੈ, ਇਹ ਛੋਟੀ ਜਾਤ ਦਾ ਗੁਰਦੁਆਰਾ। ਅਸੀਂ ਦੇਖ ਰਹੇ ਸਾਡੇ ਨੇੜੇ ਤੇੜੇ ਸਭ ਕੁਛ ਹੈਗਾ, ਇਹ ਵੱਡੀ ਜਾਤ ਦਾ, ਇਹ ਸਾਡਾ ਵੱਡਿਆ ਆਪਣੀ ਜਾਤ ਦਾ ਅਹੰਕਾਰ। ਆਪੇ ਜਾਤਾਂ ਵੱਡੀ ਜਾਂਦੇ ਆ, ਆਪੇ ਬਣੀ ਜਾਂਦੇ ਆ। ਪਰ ਸਮਾਜ ਤਾਂ ਇਹੀ ਚੱਲਦਾ ਨਹੀਂ, ਸਮਾਜ ਜੇ ਵਿਗੜਦਾ, ਵਿਗੜ ਰਿਹਾ ਤਾਂ ਸਮਾਜ ਸੁਧਰੂਗਾ ਵੀ, ਸੁਧਾਰਨ ਵਾਲਾ ਵਾਲੇ ਵੀ ਕੋਈ ਕੋਈ ਸੰਸਾਰ 'ਚ ਪੈਦਾ ਹੋਊਗਾ। ਕੌਣ ਸੁਧਾਰ? ਜਿਵੇਂ ਬਾਬੇ ਨਾਨਕ ਨੇ ਸਾਰੇ ਧਰਮਾਂ ਨੂੰ ਇੱਕ ਧਰਮ 'ਚ ਪਰੋਇਆ। ਪਹਿਲਾਂ ਵੀ ਕਿੰਨੇ ਧਰਮ ਸੀਗੇ? ਅਸੀਂ ਮੰਨਦੇ ਹਾਂ ਬਾਬੇ ਨਾਨਕ ਦੀ, ਨਹੀਂ ਜਿਹੜੇ ਜਿਹਨਾਂ ਨੂੰ ਸਮਝ ਆ ਗਈ ਉਹ ਬਾਬੇ ਨਾਨਕ ਦੀ ਮੰਨਦੇ ਆ। ਬਾਬੇ ਨਾਨਕ ਨੇ ਸਾਰਾ ਕੁਛ ਪ੍ਰਾਪਤ ਕਰਨ ਤੋਂ ਬਾਅਦ ਖੇਤੀ ਕਰੀ, ਕੁਛ ਹੱਕ, ਉਹ ਵੀ ਡੇਰਾ ਖੋਲ ਕੇ ਬਹਿ ਸਕਦਾ ਸੀ। ਹਾਂ, ਬਾਬਾ ਜੀ ਦੇ ਪੈਰ ਘੁੱਟਦੇ, ਉਹ ਵੀ ਗੁਰਦੁਆਰਾ ਬਣਾ ਕੇ। ਦੇਖੋ ਇਹ ਆਪਣੀ ਆਪਣੀ ਅਵਸਥਾ ਹੁੰਦੀ ਹੈ। ਬਾਬੇ ਨਾਨਕ ਜੀ ਦੀ ਅਵਸਥਾ ਤਾਂ ਬਹੁਤ ਉੱਚੀ ਸੀ, ਬਹੁਤ ਉੱਚੀ ਸੀ, ਬਹੁਤ ਉੱਚੀ ਸੀ। ਇੱਥੇ ਤਾਂ ਕਿਸੇ ਨੂੰ ਅਵਸਥਾਵਾਂ ਹੀ ਨਹੀਂ ਪਤਾ ਵੀ ਅਵਸਥਾਵਾਂ ਹੋਣੀਆਂ ਕਿੰਨੀਆਂ। ਫਿਰ ਇਹ ਕਿਹੜੇ ਵਹਿਮ 'ਚ ਤੁਰੇ ਫਿਰਦੇ ਹਾਂ ਅਸੀਂ? ਭਰਮ ਭੁਲੇਖਾ, ਜਿਵੇਂ ਵੱਡੀ ਗੱਡੀ ਲੈ ਲਈ, ਕੋਠੀ ਹੋ ਗਈ ਮੇਰੇ ਕੋਲੇ, ਮੇਰੇ ਕੋਲ ਇੰਨਾ ਪੈਸਾ ਹੋ ਗਿਆ। ਔਲਾਦ ਦਾ ਵੀ ਹੰਕਾਰ ਹੈ, ਔਲਾਦ ਮੇਰੇ, ਜਿਵੇਂ ਮੇਰਾ ਮੁੰਡਾ ਡਾਕਟਰ ਬਣ ਗਿਆ, ਕਈ ਇਹ ਹੰਕਾਰ। ਜਿਵੇਂ ਜਿਵੇਂ ਬੱਚੇ ਨੂੰ ਛੋਟੀ ਬੱਸ ਲੈ ਕੇ ਦੇਈਏ ਖੇਡਣ ਵਾਸਤੇ, ਅਸੀਂ ਵੱਡੇ ਹਾਂ, ਅਸੀਂ ਵੱਡੀ ਕਾਰ ਲੈ ਕੇ ਫਿਰਦੇ ਹਾਂ। ਹੈ ਉਹ ਵੀ ਖਿਡਾਉਣਾ, ਹੈ ਉਹ ਵੀ ਖਿਡਾਉਣਾ, ਉਹ ਬੱਚਾ ਖਿਡਾਉਣਾ ਬੱਚੇ ਵਾਸਤੇ ਹੈ, ਇਹ ਵੱਡੀ ਕਾਰ ਹੈ ਜਿਹੜੀ, ਜਾਂ ਮੱਕੜ ਸਾਹਿਬ ਵਾਸਤੇ ਜਾਂ ਮੇਰੇ ਵਾਸਤੇ ਹੈ। ਸਾਡਾ ਵੀ ਦਿਲ ਪ੍ਰਚਾਰ ਕਰ ਰਹੇ ਹਾਂ, ਲੇਕਿਨ ਕਾਰਾਂ ਲੈ ਕੇ, ਕੋਠੀਆਂ ਬਣਾ ਕੇ, ਬੜੇ ਬੜੇ ਬਿਜ਼ਨਸ ਚਲਾ ਕੇ, ਅਸੀਂ ਗੁਰਬਾਣੀ ਦੇ ਨਾਲ ਤਾਂ ਨਹੀਂ ਜੁੜੇ? ਖੋਖਲੇ ਆ, ਬਿਲਕੁਲ ਖੋਖਲੇ, ਥੋਥੇ। ਔਰ ਅਸੀਂ ਐਵੇਂ ਹੀ ਜਾਣਾ, ਖਾਲੀ ਜਾਣਾ, ਇਹ ਸੰਸਾਰ ਤੋਂ ਖਾਲੀ ਜਾਣਾ। ਨਾਮ ਬਿਨਾ ਜਗ ਸੂਨਾ, ਜੇ ਨਾਮ ਨਹੀਂ ਮਿਲਿਆ, ਗੁਰਬਾਣੀ ਨਹੀਂ ਪੜ੍ਹੀ, ਨਾਮ ਨਹੀਂ ਜਪਿਆ, ਤਾਂ ਤੁਸੀਂ ਜਿਵੇਂ ਆਏ ਸੀ ਉਵੇਂ ਹੀ ਚਲੇ ਗਏ, ਦੁਬਾਰਾ ਫਿਰ ਆਉਣਾ ਪਊਗਾ। ਇਹ ਗੇੜ ਹੈ 84 ਦਾ, ਮੰਨਦੇ ਹੋ ਤੁਸੀਂ? 100% ਹੈ ਮੰਨਣਾ, ਇੱਕ ਹੋਰ ਗੱਲ ਹੈ, ਜਦ ਪਤਾ ਹੈ, ਸਾਨੂੰ ਪਤਾ ਹੈ, ਮੰਨਣਾ ਨਹੀਂ ਹੈ। ਆਈ ਨੋ ਇਟ ਵੈਰੀ ਵੈਲ, ਮੈਂ ਇਸ ਨੂੰ ਅੱਛੀ ਤਰ੍ਹਾਂ ਜਾਣਦਾ ਹਾਂ, ਮੈਨੂੰ ਇਸ ਗੱਲ ਦਾ ਪਤਾ ਹੈ ਵੀ ਅਸੀਂ 84 ਦੇ ਚੱਕਰ 'ਚ ਹੈ। ਇਹ ਅਵਸਥਾ ਕੀ ਹੈ ਜਿਹੜੀ, ਜਿਵੇਂ ਸਾਹਿਬਜ਼ਾਦੇ ਛੋਟੀ ਉਮਰ 'ਚ ਈਣ ਨਹੀਂ ਮੰਨੀ, ਸ਼ਹਾਦਤ ਪ੍ਰਾਪਤ ਕਰ ਗਏ, ਨੀਆਂ 'ਚ ਚਿਣੇਗੇ, ਫਿਰ ਉਹ ਅਵਸਥਾ ਕੀ ਸੀ? ਸੰਸਕਾਰ ਮਾਂ ਬਾਪ ਦੇ ਦਿੱਤੇ, ਦਾਦੀ ਦੇ ਸੰਸਕਾਰ ਦਿੱਤੇ ਹੋਏ। ਜਦ ਘਰ ਦੇ ਵਿੱਚ ਗੁਰਬਾਣੀ ਚੱਲਣੀ ਹੈ, ਗੁਰਾਂ ਦਾ ਪਿਆਰ ਚੱਲਣਾ, ਪਰਮੇਸ਼ਵਰ ਦੀ ਭਗਤੀ ਚੱਲਣੀ ਹੈ, ਉਹਦਾ ਪ੍ਰਭਾਵ ਹੈ, ਫਰਕ ਪੈਂਦਾ? ਬਿਲਕੁਲ ਪੈਂਦਾ। ਜੇ ਤੁਹਾਡੇ ਘਰ ਦੇ ਵਿੱਚ ਪਾਠ ਹੁੰਦਾ ਹੈ, ਗੁਰਬਾਣੀ ਹੁੰਦੀ ਹੈ, ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਤੁਹਾਡੀ ਔਲਾਦ ਵੀ ਕਰੂਗੀ। ਜਦ ਤੁਸੀਂ ਆਪ ਨਹੀਂ ਕਰਦੇ, ਤੁਸੀਂ ਔਲਾਦ ਤੋਂ, ਔਲਾਦ ਤਾਂ ਆਪੇ ਇੰਟਰਨੈਟ ਚਲਾਊਗੀ, ਚੋਰੀ ਰਜਾਈ ਦੇ ਵਿੱਚ ਮੂੰਹ ਕਰਕੇ ਇੰਟਰਨੈਟ ਚੱਲਦਾ। ਤੁਹਾਡਾ ਪਿਓ ਤੁਹਾਨੂੰ ਕੀ ਸਿਖਾਉਂਦਾ? ਬਸ ਇਸ ਗੱਲ ਨਾਲ ਬਿਲਕੁਲ ਡਿਪੈਂਡ ਕਰਦਾ ਹੈ। ਸਾਡੇ ਜੇ ਤੁਸੀਂ ਇਹ ਕਹਿ ਰਹੇ ਹੋ ਵੀ ਸਾਹਿਬਜ਼ਾਦਿਆਂ ਨੇ ਆਪਦੇ ਪਿਓ ਦੀ ਮੰਨੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਦਾਦੇ ਦੀ ਮੰਨੀ, ਬਿਲਕੁਲ ਬਿਲਕੁਲ, ਦਾਦਾ ਸ਼ਹੀਦ ਹੋਇਆ, ਉਹਨਾਂ ਦੇ ਤਾਂ ਖੂਨ ਦੇ ਵਿੱਚ ਗੁਰਬਾਣੀ ਸੀ, ਖੂਨ ਦੇ ਵਿੱਚ, ਤੁਸੀਂ ਉਹਨਾਂ ਨੂੰ ਟੱਚ ਤੋਂ ਮਸ ਨਹੀਂ ਕਰ ਸਕੇ। ਕਿੱਡੀ ਵੱਡੀ ਗੱਲ ਹੈ,
ਇੱਕ ਛੋਟੇ ਛੋਟੇ ਬੱਚੇ ਮਾਸੂਮ ਖੇਡਣ ਕੁੱਦਣ ਵਾਲੇ ਫਲ ਖਾਣ ਵਾਲੇ ਦੁੱਧ ਪੀਣ ਵਾਲੇ ਬੱਚਿਆਂ ਦੇ ਤੁਸੀਂ ਉਹਨਾਂ ਨੂੰ ਟੱਚ ਤੋਂ ਮਸ ਨਹੀਂ ਕਰ ਸਕੇ? ਇਹਦਾ ਮਤਲਬ ਉਹਨਾਂ ਦਾ ਖੂਨ ਹੀ ਇਹੋ ਜਿਹਾ ਸੀ, ਸ਼ਹੀਦਾਂ ਦਾ ਖੂਨ ਸੀ ਉਹ। ਅਸੀਂ ਕਦੇ ਵਿਚਾਰੇ ਨਹੀਂ ਕਰਦੇ ਯਾਰ, ਜੋ ਅਸੀਂ ਬੱਚਿਆਂ ਨੂੰ ਦੇਵਾਂਗੇ ਸਾਨੂੰ ਰਿਵਰਸ ਮਿਲੂਗਾ। ਜੇ ਫਿਰ ਅਸੀਂ ਐਵੇਂ ਹੀ ਕਹੀ ਜਾਂਦੇ ਹਾਂ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ, ਬੇਈਮਾਨੀਆਂ ਸਾਡੇ 'ਚ ਹੈ, ਚੋਰੀਆਂ ਸਾਡੇ 'ਚ ਹੈ, ਅਸੀਂ ਲੋਭੀ ਹਾਂ, ਹੰਕਾਰੀ ਹਾਂ। ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਦਾ, ਇਹ ਆਪਣੇ ਮਨ ਦੀਆਂ ਗੱਲਾਂ ਨੇ। ਅਸੀਂ ਨਾਨਕ ਦੇ ਉਹ ਹੈ, ਸਿੱਖ ਹੈ ਜੀ, ਫਲਾਣੇ ਦੇ ਸਿੱਖ ਹੈ, ਉਹ ਇਹ ਨਹੀਂ। ਤੁਸੀਂ ਸਿੱਖ ਆਪਣੇ ਆਪਣੇ ਅੰਦਰ ਪਹਿਲਾਂ ਸਿੱਖੀ ਪੈਦਾ ਕਰੋ, ਤੁਹਾਨੂੰ ਕੋਈ ਦੱਸਣ ਦੀ ਲੋੜ ਹੀ ਨਹੀਂ ਪੈਣੀ ਅਸੀਂ ਨਾਨਕ ਦੇ ਹਾਂ ਕਿ ਕਿਹਦੇ ਹੈ। ਤੁਸੀਂ ਪਹਿਲਾਂ ਆਪਣੇ ਅੰਦਰ ਸਿੱਖੀ ਪੈਦਾ ਕਰੋ, ਬਸ ਵੈਰੀ ਸਿੰਪਲ। ਉਹ ਕਿਵੇਂ ਹੋਊ? ਨਾਮ ਜਪੋ, ਆਪਣੀ ਅੰਦਰ ਆਤਮਾ ਦੀ ਅਵਸਥਾ ਨੂੰ ਸੰਭਾਲੋ, ਮਨ ਦੀ ਅਵਸਥਾ ਤੋਂ ਖਹਿੜਾ ਛਡਾਓ। ਇਹ ਗਿਆਨ ਦੀ ਗੱਲ ਕਰਦੇ ਆ ਮੱਕੜ ਸਾਹਿਬ, ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਕਿਤੇ ਸੁਣਨ ਨੂੰ ਨਹੀਂ ਮਿਲਣੀਆਂ, ਜਿਹੜੀਆਂ ਮੈਂ ਦੱਸੂਗਾ ਚਿੰਤਾ 'ਚ ਲੋਕਾਂ ਨੂੰ ਚਿੰਤਾ ਖੜੀ ਹੋਜੂ ਵੀ ਇਹ ਗੱਲਾਂ ਕੀ ਕਰਦੇ ਭਾਈ। ਲੋਕ ਤੁਹਾਡੇ ਬਾਣੇ ਤੋਂ ਸਮਝਦੇ ਵੀ ਤੁਸੀਂ ਵੀ ਸਿੱਖ ਪਰਿਵਾਰ 'ਚ ਜੰਮੇ ਹੋ ਸਿੱਖੋਂ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਤੁਸੀਂ ਹਿੰਦੂ ਪਰਿਵਾਰ 'ਚ ਜੰਮੇ ਹੋ ਔਰ ਤੁਹਾਡੀ ਆਸਥਾ ਜਿਹੜੀ ਹੈ, ਆਸਥਾ ਤਾਂ ਤੁਸੀਂ ਕਿਹਾ ਧਰਮ ਤਾਂ ਤੁਹਾਡੇ ਵਾਸਤੇ ਸਾਰਾ ਇੱਕ ਹੀ ਹੈ। ਕਈ ਬੰਦੇ ਮੈਨੂੰ ਕਹਿ ਦਿੰਦੇ, ਅੱਜ ਮੈਂ ਪੁੱਛ ਲਾਂ ਗੱਲ ਤੁਹਾਨੂੰ ਵੀ ਬਾਬਾ ਤਾਂ RSS ਦਾ ਛੱਡਿਆ, ਕਹਿੰਦੇ ਕਿ ਬਿਲਕੁਲ ਠੀਕ ਹੈ ਉਹ ਕਹਿ ਰਹੇ ਹੈ, ਉਹਨਾਂ ਦੀ ਆਪਣੀ ਸੋਚ ਹੈ, ਇਹ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ, ਉਹਨਾਂ ਨੂੰ ਗਿਆਨ ਨਹੀਂ, ਸਮਝ ਨਹੀਂ ਵੀ ਬੰਦੇ ਦੀ ਪਰਖ ਕਿਵੇਂ ਕਰਨੀ ਹੈ। ਸਾਡਾ ਜੱਦੀ ਪਿੰਡ ਚੂੜਗਾਣਾ ਹੈ, ਜਿੱਥੇ ਬਾਬਾ ਗੁਰੂ ਨਾਨਕ ਜੀ ਨੇ ਸੱਚਾ ਸੌਦਾ ਕਰਿਆ, ਅੱਜ ਵੀ ਉੱਥੇ ਤਲਵਾੜਾਂ ਦੀ ਹਵੇਲੀ, ਸ਼ਾਹੂਕਾਰਾਂ ਦੀ ਹਵੇਲੀ ਹੈਗੀ ਹੈ, ਔਰ ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈਗੀ ਹੈ, ਭਾਸ਼ਾ ਹੈਗੀ ਹੈ, ਉਹ ਸਾਡੀ ਭਾਸ਼ਾ ਹੈ। ਭਾਈ ਪਿੰਦਰਪਾਲ ਸਿੰਘ ਜੀ ਧਰਮ ਪ੍ਰਚਾਰਕ, ਸਿੱਖ ਧਰਮ ਪ੍ਰਚਾਰਕ ਸਾਡੇ ਪਿੰਡ ਦੇ ਹੈ, ਚੂੜਗਾਣੇ, ਬਿਲਕੁਲ ਚੂੜਗਾਣੇ ਦੇ ਹੈ, ਇਹਨਾਂ ਦੀ ਪੈਲੀ ਸੀ ਉੱਥੇ ਸੱਚਾ ਸੌਦਾ, ਬਿਲਕੁਲ ਬਿਲਕੁਲ, ਸਾਡੀ ਸਾਡਾ ਪਿੰਡ, ਸਾਡਾ ਕੰਮ ਸੀ ਸ਼ਾਹੂਕਾਰਾ, ਸਾਡੇ ਕੋਲ ਪੈਸਾ ਸੀ, ਪੈਸਾ ਵੰਡਿਆ ਸੀ ਆਲੇ ਦੁਆਲੇ 100 ਪਿੰਡਾਂ 'ਚ, ਸਾਡਾ ਬਜ਼ੁਰਗਾਂ ਦਾ ਸ਼ਾਹੂਕਾਰ ਚੱਲਦਾ ਸੀ। ਅਸੀਂ ਪੂਰੇ ਗੁਰਬਾਣੀ ਨਾਲ ਕਿੰਨੇ ਪੀੜ੍ਹੀਆਂ ਤੋਂ ਜੁੜੇ ਹੋਏ ਹਾਂ, ਕੋਈ ਮਜ਼ਾਕ ਨਹੀਂ ਹੈ, ਉਹ ਸਾਡੀ ਭਾਸ਼ਾ, ਬਾਬਾ ਨਾਨਕ ਦੇ ਪਰਿਵਾਰ ਦੀ ਜਿਹੜੀ ਭਾਸ਼ਾ ਉਹ ਸਾਡੀ ਤਲਵਾੜਾਂ ਦੀ ਭਾਸ਼ਾ ਵੀ ਇੱਕੋ ਹੀ ਹੈ। ਹੋਸੀ ਕਰੇ ਸੀ ਜਾਸੀ, ਇਹ ਬੋਲਦੇ ਸਾਡੇ ਬਜ਼ੁਰਗ, ਤੇ ਅਸੀਂ ਗੁਰਬਾਣੀ ਨਾਲ, ਸਾਨੂੰ ਤਾਂ ਆ ਕੇ ਇੱਧਰ ਆ ਕੇ ਪਤਾ ਲੱਗਿਆ ਵੀ ਆਰਤੀਆਂ ਕੀ ਹੁੰਦੀਆਂ ਤੇ ਹਿੰਦੂ ਕੀ ਹੁੰਦਾ ਤੇ ਮੰਦਰ ਕੀ, ਨਾ ਜੀ ਸਾਨੂੰ ਕੁਛ ਨਹੀਂ ਪਤਾ ਇਹਨਾਂ ਗੱਲਾਂ ਦਾ, ਇੱਧਰ ਆ ਕੇ ਪਤਾ ਲੱਗਿਆ, ਅਸੀਂ ਮੰਦਰ ਜਾਂਦੇ ਨਹੀਂ ਸੀ ਹੁੰਦੇ, ਨਾ ਵੀ ਇਹ ਕੀ ਕਰਦੇ ਨੇ ਸਾਨੂੰ ਕੀ ਪਤਾ, ਉਹ ਸਾਡੇ ਤਾਂ ਜਪਜੀ ਸਾਹਿਬ ਦਾ ਪਾਠ ਮੂੰਹ ਜ਼ੁਬਾਨੀ ਕਰਦੇ ਤੇ। ਹੁਣ ਤੁਸੀਂ ਮੈਨੂੰ RSS ਕਹੀ ਜਾਓ, ਮੈਨੂੰ ਜੋ ਮਰਜ਼ੀ, ਮੈਨੂੰ ਤਾਂ ਕੋਈ ਫਰਕ ਨਹੀਂ, ਕਿਉਂਕਿ ਜੋ ਮੈਂ ਹੈ ਉਹਨੂੰ ਪਛਾਣਨ ਵਾਸਤੇ, ਉਹਨੂੰ ਪਛਾਣਨ ਵਾਸਤੇ ਜਿਹੜੇ ਬੰਦੇ ਕੋਸ਼ਿਸ਼ ਕਰਨੇ, ਕਈ ਜਨਮ ਲੱਗ ਜਾਣਗੇ ਪਰ ਮੈਨੂੰ ਪਛਾਣ ਨਹੀਂ ਸਕਣਗੇ, ਕਈ ਜਨਮ ਕਹਿੰਦਾ ਮੈਂ, ਕਈ ਜਨਮ ਮੇਰੀ ਅਵਸਥਾ ਨੂੰ ਪਛਾਣ ਨਹੀਂ ਸਕਦੇ। ਮੈਂ ਭਗਤੀ ਦੇ ਸਿਰ ਤੇ ਉਰੇ ਬੈਠਾ, ਇੱਥੇ ਮੈਨੂੰ ਭਜਾਉਣ ਵਾਲੇ ਕਈ ਭੱਜ ਗਏ, ਇੱਥੋਂ ਮੈਨੂੰ ਭਜਾਉਣ ਵਾਲੇ ਕਈ ਭੱਜ ਗਏ, ਲੇਕਿਨ ਮੈਂ ਉਰੇ ਬੈਠਾ। ਮੌਤ ਤੋਂ ਡਰਦੇ ਹੋ? ਮੌਤ ਤੋਂ ਡਰਦੇ ਹੈ ਜਿਹਨਾਂ ਨੂੰ ਗਿਆਨ ਨਹੀਂ ਹੈ, ਮੌਤ ਤੋਂ ਕਾਹਦਾ ਡਰਨਾ, ਨਹੀਂ ਉਹ ਤਾਂ ਆਣੀ ਆਣੀ ਹੈ, ਸੱਚ ਹੈ, ਸੱਚ ਯਾਦ ਰਹਿੰਦੀ ਹੈ। ਮੈਂ ਮੌਤ ਦੀ ਅਵਸਥਾ ਤੋਂ ਮੈਂ ਉੱਪਰ ਹੈ, ਬਸ ਛੋਟੀ ਜਿਹੀ ਗੱਲ ਦੱਸਦੇ ਤੁਹਾਨੂੰ, ਹੁਣ ਤੁਸੀਂ ਪੁੱਛੀ ਜਾਇਓ ਕਿਹੜੇ ਸਵਾਲ ਪੁੱਛਣੇ ਆ। ਮੌਤ ਦੀ ਅਵਸਥਾ ਉਰੇ ਤੱਕ ਹੈ। ਟੀਚਾ ਕੀ ਹੈ ਫਿਰ, ਇਸ ਦੁਨੀਆਂ ਤੇ ਆਏ ਹਾਂ ਤਾਂ ਕੀ ਕਰਨਾ? ਮੈਂ ਆਪਣਾ ਟੀਚਾ ਕਰ ਚੁੱਕਿਆ ਪੂਰਾ, ਕਰ ਚੁੱਕੇ ਹੋ? ਹਾਂਜੀ, ਮੈਂ ਫਰੀ ਮਾਇੰਡ ਬੈਠਾ ਉਰੇ, ਤੁਸੀਂ ਸਾਰੀ ਯਾਦ ਬੈਠਾ ਰਹੋ, ਮੈਂ ਨਹੀਂ ਕਹਿਣਾ ਕਿਤੇ ਜਾਣਾ, ਮੈਨੂੰ ਕੋਈ ਕੰਮ ਨਹੀਂ, ਮੈਨੂੰ ਕਿਸੇ ਨੂੰ ਮਿਲਣਾ ਨਹੀਂ, ਮੈਨੂੰ ਕੋਈ ਜ਼ਰੂਰਤ ਨਹੀਂ, ਮੇਰੀ ਕੋਈ ਇੱਛਾ ਨਹੀਂ, ਮੈਂ ਬੈਠਾ ਠੀਕ ਹੈ, ਕੋਈ ਇੱਛਾ ਨਹੀਂ, ਨੋ ਨੋ, ਕੋਈ ਕੋਈ ਡਿਜ਼ਾਇਰ, ਕੁਛ ਨਹੀਂ, ਕੁਛ ਨਹੀਂ, ਕੁਛ ਨਹੀਂ, ਨੋ ਨਥਿੰਗ।
ਮੇਰਾ ਮੁਝ ਮੈਂ ਕੁਛ ਨਹੀਂ। ਹੁਣ ਫੂਕ ਨਿਕਲ ਜੇ ਭਾਵੇਂ, ਮੇਰੀ ਫੂਕ ਨਿਕਲੀ ਹੋਈ ਹੈ, ਆਪਣੀ ਮਰਜ਼ੀ ਨਾਲ ਜਾਊਂਗਾ। ਚੈਲੰਜ ਕਰਦਾ ਮੈਂ ਸਾਰਿਆਂ ਨੂੰ, ਮੇਰੀ ਫੂਕ ਨਿਕਲੀ ਹੋਈ ਹੈ, ਮੈਂ ਆਪਣੀ ਮਰਜ਼ੀ ਨਾਲ ਜਾਊਂਗਾ। ਹੋਰ ਦੱਸੋ, ਮੇਰੀ ਕਪਾਲ, ਜਿਹੜੇ ਲੋਕ ਮੇਰੀ ਵੀਡੀਓ ਦੇਖ ਰਹੇ ਆ ਨੋਟ ਕਰ ਲੈਣ ਗੱਲ, ਮੇਰੀ ਕਪਾਲ ਕਿਰਿਆ ਹੋਈ ਹੋਈ ਹੈ, ਕਪਾਲ ਕਿਰਿਆ ਹੋ ਚੁੱਕੀ ਹੈ, ਇਸ ਗੱਲ ਨੂੰ 13 ਸਾਲ ਹੋ ਗਏ, ਮੈਂ ਸ਼ਾਂਤ ਬੈਠਾ। ਉਹ ਕੀ ਹੁੰਦੀ ਹੈ ਕਪਾਲ? ਕਪਾਲ ਕਿਰਿਆ ਦਾ ਮਤਲਬ ਹੈ ਆਤਮਾ ਖੋਪੜੀ ਪੜ ਕੇ ਜਾ ਚੁੱਕੀ ਹੈ, ਮੈਂ ਆਤਮਾ ਤੋਂ ਬਗੈਰ ਬੈਠਾ ਉਰੇ। ਆਤਮਾ ਤੋਂ ਬਗੈਰ ਬੰਦਾ ਕਿਵੇਂ ਬਹਿ ਸਕਦਾ? ਆਹੀ ਤਾਂ ਗਿਆਨ ਦੀ ਗੱਲ ਹੈ, ਤੁਹਾਨੂੰ ਥੱਲੇ ਤੱਕ ਗਿਆਨ ਹੈ, ਗਾਂ ਦਾ ਤਾਂ ਪਤਾ ਹੀ ਨਹੀਂ। ਆਤਮਾ ਦੇ ਉਹ ਬਗੈਰ ਵੀ ਇਨਸਾਨ ਦਾ ਸਰੀਰ ਐਕਟੀਵੇਟ ਰਹਿ ਸਕਦਾ ਹੈ। ਕਿਉਂ ਰਹਿ ਸਕਦਾ ਹੈ? ਅਕਾਲ ਪੁਰਖ ਦੀ ਕਿਰਪਾ ਨਾਲ, ਜਿਹਨੂੰ ਪਤਾ ਹੋਊਗਾ ਆਪੇ ਮੇਰੇ ਕੋਲ ਭੱਜਿਆ ਆਊਗਾ ਵੀ ਹਾਂ ਇਹ ਗੱਲ ਸਹੀ ਕਹਿ ਰਿਹਾ। ਇਹ ਅਵਸਥਾ ਹੈ। ਕਿੱਥੇ ਫਿਰਦੇ ਆ? ਮੈਂ ਤਾਂ ਆਨੰਦ ਲੈਣ ਆਉਣਾ ਉਰੇ, ਮੈਂ ਕੋਈ ਰੋਟੀ ਖਵਾ ਕੇ ਪੈਸੇ ਕਮਾਉਣ ਥੋੜ੍ਹੀ ਆਉਣਾ। ਕੋਈ ਡੇਰਾ ਕਿਉਂ ਨਹੀਂ ਖੋਲਿਆ ਫਿਰ? ਕੀ ਲੋੜ ਹੈ? ਕੋਈ ਜ਼ਰੂਰਤ ਨਹੀਂ, ਕੋਈ ਜ਼ਰੂਰਤ ਨਹੀਂ। ਮੇਰੇ ਨਾਲ ਕੁਛ ਲੋਕ ਜੁੜੇ ਹੋਏ ਨੇ, ਕੋਈ ਦਿੱਕਤ ਵਾਲੀ ਬਾਤ ਨਹੀਂ। ਪਿਆਰ, ਮੈਂ ਪਿਆਰ ਦੇਖਦਾ, ਮੈਂ ਜੋੜਦਾ ਵੀ ਹਾਂ। ਹਾਂ, ਜੋੜਦਾ ਵੀ ਹਾਂ ਵੀ ਆਪਣਾ ਆਪਣਾ ਕੰਮ ਕਰੋ, ਮੇਰੇ ਕੋਲ ਨਾ। ਤੁਹਾਨੂੰ ਦੁਨਿਆਵੀ ਚੀਜ਼ਾਂ ਨਾਲ ਕੋਈ ਪਿਆਰ ਨਹੀਂ? ਪਰਿਵਾਰ ਨਾਲ ਯਾਰ, ਅਵਸਥਾ ਹੀ ਪੋਤੇ ਪੋਤੀਆਂ ਨਾਲ ਕੁਛ ਨਹੀਂ ਹੈ, ਸਭ ਦਿਖਾਵਾ ਹੈ। ਨਹੀਂ ਨਾ, ਪਰਿਵਾਰ ਨਾਲ ਵੀ ਪਿਆਰ ਨਾ? ਕੋਈ ਪਿਆਰ ਨਹੀਂ। ਮੈਂ ਘਰ ਇਸ ਟਾਈਮ ਘਰ ਜਾਊਂਗਾ, ਮੈਂ ਪੈਸੇ ਜਿੰਨੇ ਵੱਟੇ ਹੋਣਗੇ ਸਾਰੇ ਰੱਖ ਦੂੰਗਾ, ਜਿਹਨੇ ਜਿਹਨੇ ਜਿੰਨੇ ਚੱਕਣੇ ਆ ਚੱਕ ਲੈਣਗੇ। ਮੈਂ ਨਹੀਂ ਪੁੱਛਦਾ ਵੀ ਤੈਨੂੰ ਕਿਉਂ ਚਾਹੀਦੇ ਆ, ਜਿੰਨੇ ਬਚ ਗਏ ਮੈਂ ਰੱਖ ਲੈਣਾ, ਸਮਾਨ ਸਮੂਨ ਲਿਆਉਣ ਵਾਸਤੇ ਸਵੇਰੇ ਫਿਰ ਆ ਜਾਣਾ, ਮੇਰਾ ਇੰਨਾ ਹੀ ਕੰਮ ਹੈ, ਮੇਰੀ ਕੋਈ ਗਿਣਤੀ ਮਿਣਤੀ ਨਹੀਂ ਹੈ ਨਾ, ਮੈਨੂੰ ਲੋੜ ਆ। ਤੁਸੀਂ ਯਕੀਨ ਕਰੋ, ਇੱਕ ਵਾਰੀ ਮੈਂ ਆਪਣਾ ਨਾਂ ਭੁੱਲ ਗਿਆ ਵੀ ਨਾਂ ਕੀ ਹੈ, ਮੇਰਾ ਨਾਂ ਕੀ ਹੈ। ਸ਼ਾਮ ਹੋ ਗਈ, ਸਵੇਰ ਤੋਂ ਸ਼ਾਮ ਤੱਕ ਉਹ ਮੈਨੂੰ ਕਿਸੇ ਨੇ ਮੇਰਾ ਨਾਂ ਲੈ ਕੇ ਆਵਾਜ਼ ਮਾਰੀ ਤਾਂ ਮੈਨੂੰ ਯਾਦ ਆਇਆ ਵੀ ਮੇਰਾ ਨਾਂ ਤਾਂ ਆਏ। ਮੈਨੂੰ ਦਿਨ ਦਾ ਨਹੀਂ ਪਤਾ ਹੁੰਦਾ ਅੱਜ ਦਿਨ ਕੀ ਹੈ ਨਾ, ਕੁਛ ਪਤਾ ਨਹੀਂ, ਮੈਨੂੰ ਜ਼ਰੂਰਤ ਨਹੀਂ। ਮੇਰਾ ਕੰਮ ਹੈ, ਮੈਂ ਇੱਥੋਂ ਜਾਣਾ, ਘਰ ਜਾ ਕੇ ਬਹਿ ਕੇ ਚਾਹ ਪੀ ਕੇ ਬੈਠ ਜਾਣਾ, ਮੇਰਾ ਕੋਈ ਕੰਮ ਨਹੀਂ। ਸੌਂ ਜਾਣਾ, ਰੋਟੀ ਖਾ ਕੇ ਸਵੇਰੇ ਉੱਠਣਾ, ਪਤੀਲਾ ਚੱਕਣਾ, ਸਾਗ ਬਣਾ ਦੇਣਾ, ਸਮਾਨ ਤਿਆਰ ਕਰਕੇ ਉਰੇ ਆ ਜਾਣਾ, ਰੁਟੀਨ ਹੈ। ਹੱਡਾਂ ਵਾਂਗੂ ਮੈਂ ਚੱਲੀ ਜਾਂਦਾ, ਮੈਨੂੰ ਕੋਈ ਕੰਮ ਹੀ ਨਹੀਂ ਹੈਗਾ, ਆਹੀ ਕਰਨਾ। ਕੋਈ ਕਮੀ ਹੈ? ਕੋਈ ਕਮੀ ਨਹੀਂ ਹੈ, ਕੋਈ ਕਮੀ ਨਹੀਂ। ਜੋ ਦੌਲਤ ਮੇਰੇ ਕੋਲ ਹੈ ਸੰਸਾਰ ਦੇ ਵਿੱਚ, ਦੁਰਲਭ ਹੈ, ਨਹੀਂ ਕਿਸੇ ਕੋਲ, ਕਿਸੇ ਕੋਲ ਹੈ ਨਹੀਂ। ਮੱਕੜ ਸਾਹਿਬ, ਇਹ ਸੱਚ ਹੈ, ਕਿਸੇ ਕੋਲ ਹੈ ਨਹੀਂ, ਉਹ ਦੌਲਤ ਕਿਸੇ ਕੋਲ ਹੈ ਨਹੀਂ। ਪਰਮੇਸ਼ਵਰ, ਮੈਂ ਅਚਰਜ, ਪਰਮੇਸ਼ਵਰ ਦਾ ਇੱਕ ਇਹ ਅਚਰਜ ਹੈ। ਮੰਦਰ ਗੁਰਦੁਆਰੇ ਜਾਂਦੇ ਹੋ? ਜਦ ਜੀ ਕਰਦਾ ਜਾਣਾ, ਗੁਰਦੁਆਰੇ ਵੀ ਜਾਣਾ, ਜਾਣ 'ਚ ਕੀ ਹਰਜਾ? ਪਾਬੰਦੀ ਨਹੀਂ, ਆਪਣੇ ਆਪ ਦੇ ਲਾਈ ਹੋਈ ਜਾਣਾ। ਸਾਰਿਆਂ ਦੀ ਅਵਸਥਾ ਕਿਤੇ ਜਾ ਕੇ ਆਈ ਹੈ ਜਾਂ ਘਰੇ ਬਹਿ ਕੇ? ਨਾ ਨਾ, ਘਰੇ ਬੈਠ ਕੇ ਆਈ ਹੈ, ਕਿਤੇ ਨਹੀਂ ਗਏ। ਅਵਸਥਾ ਗ੍ਰਸਤ ਦੇ ਵਿੱਚ ਰਹਿੰਦੇ ਹੋਏ, ਗ੍ਰਸਤੀ ਕਰ, ਗ੍ਰਸਤੀ ਦੇ ਵਿੱਚ ਹੀ ਘਰੇ ਆਈ ਹੈ। ਪੂਰਨ ਬ੍ਰਹਮ ਗਿਆਨ ਘਰੇ ਹੀ ਹੋਇਆ, ਪਾਰ ਬ੍ਰਹਮ ਗਿਆਨ ਘਰ ਹੀ ਹੋਇਆ, ਅਮਰ ਪਦ ਘਰੇ ਹੀ ਮਿਲਿਆ। ਕਿਸੇ ਨੂੰ ਗੁਰੂ ਕਪਾਲ ਕਿਰਿਆ, ਕਪਾਲ ਕਿਰਿਆ, ਕਪਾਲ ਕਿਰਿਆ ਘਰੇ ਹੋਈ ਹੈ, ਇਹ ਸੱਚ ਹੈ। ਕਿਸੇ ਨੂੰ ਗੁਰੂ ਤਾਂ ਬਣਾਇਆ ਹੋ? ਗੋਰ ਅੰਧੇਰ ਨਾ ਕਾਟੀਏ, ਗੁਰ ਬਿਨ ਗਿਆਨ ਨਾ ਹੋਏ। ਮੈਂ ਇੱਕ ਗੱਲ ਕਰਨੀ ਚਾਹੁੰਦਾ, ਥੋੜੀ ਜੀ ਹੋ ਸਕਦਾ ਤੁਹਾਨੂੰ ਵੀ ਗੁੱਸਾ ਆਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਗੁਰੂਆਂ ਦੀ, ਕਿੰਨੇ ਭੱਟਾਂ ਦੀ, ਕਿੰਨੇ ਭਗਤਾਂ ਦੀ ਬਾਣੀ ਹੈ? ਸਿੰਪਲ ਜੀ, ਇਹ ਮੇਰੇ ਵਿਚਾਰ ਹੈ, ਮੇਰੇ ਅੰਦਰ ਇਹ ਭਾਵਨਾ ਪ੍ਰਗਟ ਹੁੰਦੀ ਹੈ। ਕਿਆ ਉਹ ਸਰੀਰਧਾਰੀ ਨਹੀਂ ਤੇ
ਬਿਲਕੁਲ। ਜਦ ਸਰੀਰ ਧਾਰੀ ਗੁਰੂਆਂ ਦੀ, ਭਗਤਾਂ ਦੀ, ਭੱਟਾਂ ਦੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਤਾਂ ਫਿਰ ਹੋਰ ਕਿਉਂ ਆਪਾਂ ਕਿਸੇ ਨੂੰ ਗੁਰੂ ਕਿਉਂ ਨਹੀਂ ਲੱਭ ਸਕਦੇ? ਵੀ ਗੁਰੂ ਹੋਰ ਵੀ ਹੋ ਸਕਦਾ, ਜਦੋਂ ਇੰਨੇ ਗੁਰੂ ਹੋਏ ਨੇ, ਇੰਨੇ ਭਗਤ ਹੋਏ ਨੇ, ਇੰਨੇ ਭੱਟ ਹੋਏ ਨੇ, ਜਿਹਨਾਂ ਦੀ ਗੁਰਬਾਣੀ ਇੰਨੀ ਉੱਚੀ ਅਵਸਥਾ ਸੀ ਉਹਨਾਂ ਦੀ, ਉਹ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਜ ਹੈ। ਕਿਆ ਹੋਰ ਉਦੋਂ ਬਾਅਦ ਖਤਮ ਹੋ ਗਿਆ ਵੀ? ਖਤਮ ਹੋ ਗਿਆ, ਸਿੰਪਲ ਜੀ ਗੱਲ ਹੈ। ਮੇਰੇ ਅੰਦਰ ਸਵਾਲ ਪੈਦਾ ਹੁੰਦੇ ਨੇ ਪਰ ਮੈਂ ਬੋਲਦਾ ਘੱਟ ਹੈ ਵੀ ਐਂ ਕਿਉਂ ਹੋ ਰਿਹਾ ਹੈ, ਇਹਦਾ ਮਤਲਬ ਕਿਤੇ ਗਲਤੀ ਹੈ, ਸਾਨੂੰ ਕਿਸੇ ਨੇ ਗੁੰਮਰਾਹ ਕਰਿਆ। ਜਿਵੇਂ ਆਹ ਗੁੰਮਰਾਹ ਕਰਤਾ, ਸਿੱਖ ਅਲੱਗ ਕੌਮ ਹੈ, ਹਿੰਦੂ ਸਿੱਖ ਅਲੱਗ, ਅਸੀਂ ਅਲੱਗ ਅਲੱਗ ਹਾਂ, ਕਹੀ ਜਾਓ ਅਲੱਗ ਅਲੱਗ ਆ, ਇਹਦੇ ਨਾਲ ਫਰਕ ਕੀ ਪੈਂਦਾ? ਹੈ ਤਾਂ ਇੱਕ, ਫਿਰ ਤਾਂ ਸਾਰੀ ਇੱਕ ਹੈ। ਨਹੀਂ, ਮੈਂ ਨਵੀਂ ਗੱਲ ਕਰਨੀ ਸ਼ੁਰੂ ਕਰਤੀ, ਮੈਂ ਆਪਣੇ ਪਰਿਵਾਰ ਚ ਹੁਣ ਸਿੱਖ ਸਜਾਉਣੇ ਸ਼ੁਰੂ ਕਰਤੇ। ਐਂ ਚੱਲੋ ਚੱਲੋ, ਕਿੱਧਰ ਨੂੰ ਚੱਲਦੇ ਹੋ ਹੁਣ? ਜੇ ਮੇਰੀ ਜਿਹੜੀ ਆਉਣ ਵਾਲੀ ਪਨੀਰੀ ਆਊਗੀ ਉਹ ਅੰਮ੍ਰਿਤਧਾਰੀ ਹੋਊਗੀ, ਇੱਕ ਅੰਮ੍ਰਿਤਧਾਰੀ ਮੈਂ ਪੈਦਾ ਹੋ ਗਿਆ ਸਿੱਖੀ ਜਾ, ਪੂਰਾ ਜਪਜੀ ਸਾਹਿਬ ਉਹਦੇ ਮੂੰਹ ਜ਼ਬਾਨੀ ਯਾਦ ਹੈ, ਉਹ ਇਸ ਵਾਰ ਆਪਣਾ ਦੀਵਾਨ ਨਗਰ ਕੀਰਤਨ, ਇਸ ਨਗਰ ਕੀਰਤਨ ਦੇ ਵਿੱਚ ਉਹ ਪੰਜ ਪਿਆਰਿਆਂ ਚ ਸ਼ਾਮਿਲ ਸੀ। ਖੜ ਮੈਂ ਬਣਵਾਇਆ, ਮੈਂ ਸਿੱਖੀ ਧਾਰਨ ਕਰਵਾਈ ਉਹਨੂੰ, ਆਉਣ ਮੇਰਾ ਦੋਤਾ। ਅੱਛਾ, ਪੰਜ ਪਿਆਰਾਂ ਚ ਮੇਰਾ ਦੋ, ਮੈਂ ਤਾਂ ਆਪਣੇ ਪਰਿਵਾਰ ਨੂੰ ਸਿੱਖੀ ਨਾਲ ਹੁਣ ਜੋੜਨਾ ਸ਼ੁਰੂ ਕਰਤਾ, ਇਹ ਸ਼ੁਰੂਆਤ ਹੋ ਚੁੱਕੀ ਹੈ। ਤੇ ਸਿੱਖੀ ਨਾਲ ਜੁੜਨਾ ਕੋਈ ਮਾੜੀ ਗੱਲ ਨਹੀਂ, ਬਹੁਤ ਵਧੀਆ ਗੱਲ ਹੈ ਸਿੱਖ ਹੋਣਾ। ਤੁਸੀਂ ਇੱਕ ਫੌਜੀ ਦਾ ਬਣ ਜਾਓਗੇ ਘੱਟੋ ਘੱਟ, ਜਿਹੜਾ ਸਿੱਖ ਹੈ ਜਿਹਨੇ ਅੰਮ੍ਰਿਤ ਪਾਨ ਕਰ ਲਿਆ, ਸ਼ਸਤਰਧਾਰੀ ਹੋ ਗਿਆ, ਉਹ ਤਾਂ ਇੱਕ ਫੌਜੀ ਬਣ ਗਿਆ, ਕਮ ਸੇ ਕਮ ਆਪਣੀ ਰਕਸ਼ਾ ਤਾਂ ਕਰ ਸਕਦਾ, ਬਾਕੀਆਂ ਦੀ ਵੀ ਕਰੂਗਾ, ਬਾਕੀਆਂ ਦੀ ਵੀ ਕਰੂਗਾ, ਸਭ 20-50 ਬੰਦਿਆਂ ਦੇ ਨਾਲ ਖੜੂਗਾ ਤਾਂ ਉਹਦੀ ਸ਼ਾਨ ਹੋਊਗੀ। ਤੇ ਮੈਂ ਤਾਂ ਸਿੱਖੀ ਨੂੰ ਪਿਆਰ ਕਰਦਾ ਮੇਰਾ ਵੀਰ। ਇਸ ਧਰਤੀ ਤੇ ਬਹਿ ਕੇ ਕੁਛ ਚੰਗਾ ਮਹਿਸੂਸ ਹੁੰਦਾ ਤੁਹਾਨੂੰ? ਜਾਂ ਕਈ ਲੋਕ ਇਹ ਸੋਚਦੇ ਕਿ ਸਰਹੰਦ ਦੀ ਧਰਤੀ ਹੈ, ਇੱਥੇ ਸ਼ਹਾਦਤਾਂ ਹੋਈਆਂ, ਇਹ ਧਰਤੀ ਚੰਗੀ ਨਹੀਂ ਹੈ, ਦੋ ਡਿਫਰੈਂਟ ਮਾਇੰਡ ਸੈਟ ਦੇ ਲੋਕ ਨੇ। ਨਹੀਂ ਨਹੀਂ ਨਹੀਂ, ਅੱਜ ਤਾਂ ਚੰਗੀ ਹੈ, ਉਸ ਟਾਈਮ ਥੋੜੇ ਦਿਨ ਵਾਸਤੇ, ਥੋੜੇ ਸਮੇਂ ਵਾਸਤੇ ਮਾੜੀ ਹੋ ਗਈ ਸੀ, ਮਾੜਾ ਕੁਛ ਹੋਇਆ ਉੱਥੇ, ਵਰਤਾਰਾ ਮਾੜਾ ਵਰਤਿਆ, ਧਰਤੀ ਤਾਂ ਸਾਰੀਆਂ ਚੰਗੀਆਂ, ਜਿੱਥੇ ਜਾਓਗੇ ਧਰਤੀ ਚੰਗੀ ਹੈ, ਧਰਤੀ ਮਾੜੀ ਹੋ ਹੀ ਨਹੀਂ ਸਕਦੀ, ਤਾਂ ਪਰਮੇਸ਼ਵਰ ਦੀ ਸੌਗਾਤ ਹੈ ਜਿੱਥੇ ਅਸੀਂ ਬੈਠੇ ਹਾਂ। ਪੰਜ ਤੱਤਵ ਨੇ ਮਹਾਰਾਜ, ਮੱਕੜ ਸਾਹਿਬ, ਪ੍ਰਿਥਵੀ, ਜਲ, ਅਗਨੀ, ਵਾਯੂ, ਆਕਾਸ਼, ਇਹ ਪੰਜੇ ਇਨਸਾਨ ਵਾਸਤੇ ਨੇ। ਅਸੀਂ ਆਕਾਸ਼ 'ਚ ਵੀ ਜਾਂਦੇ ਹਾਂ, ਅਗਨੀ ਦਾ ਵੀ ਇਸਤੇਮਾਲ ਕਰਦੇ ਹਾਂ, ਪ੍ਰਿਥਵੀ 'ਤੇ ਬੈਠੇ ਹਾਂ, ਪਾਣੀ ਅਸੀਂ ਪੀਂਦੇ ਹਾਂ, ਹਵਾ ਅਸੀਂ ਖਾਂਦੇ ਹਾਂ, ਕਿਹਦੇ ਵਾਸਤੇ ਆਏ? ਪਰਮੇਸ਼ਵਰ ਨੇ ਸਾਨੂੰ ਦਿੱਤੇ ਨੇ, ਅਤੇ ਮਾੜੀ ਕਿਵੇਂ ਹੋ ਸਕਦੇ ਹਾਂ? ਪਾਣੀ ਪਾਣੀ 'ਚ ਅਸੀਂ ਨਹਿਰ 'ਚ ਛਾਲ ਆਪ ਮਾਰਦੇ ਹਾਂ, ਅਤੇ ਪਾਣੀ ਕਿਵੇਂ ਮਾੜਾ ਸੀ, ਛਾਲਦਾ ਸੀ, ਆਪ ਮਾਰੀ ਹੈ। ਜੋ ਬਰਮਿੰਡੇ ਸੋਈ ਪਿੰਡੇ, ਜੋ ਬਰਮਿੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਬਾਣੀ 'ਚ ਹੈ, ਲੇਕਿਨ ਇਹ 6-6500 ਸਾਲ ਪਹਿਲਾਂ ਭਗਵਤ ਗੀਤਾ 'ਚ ਵੀ ਲਿਖਿਆ ਹੈ, ਜੋ ਬ੍ਰਹਮੰਡ ਮੇਂ ਹੈ ਸੋਈ ਪਿੰਡ ਮੇਂ ਹੈ। ਅਸੀਂ ਭਗਵਤ ਗੀਤਾ ਨੂੰ ਇੱਕ ਪਾਸੇ ਕਰਕੇ ਨਹੀਂ ਗਿਆਨ ਪ੍ਰਾਪਤ ਕਰ ਸਕਦੇ, ਭਗਵਤ ਗੀਤਾ ਵੀ ਗਿਆਨ ਦਾ ਸਾਗਰ ਹੈ। ਬਿਲਕੁਲ, ਮੇਰੇ ਕੋਲ ਸਨ 1400 ਦੀ ਭਗਵਤ ਗੀਤਾ ਹੈ, ਮੈਨੂੰ ਹਰਿਦੁਆਰ ਤੋਂ ਮਿਲੀ ਸੀ, ਮੈਂ ਪਹਿਲਾਂ ਵੀ ਕਿਤੇ ਗੱਲ ਕੀਤੀ ਸੀ, ਉਹਦੇ ਵਰਗਾ ਗਿਆਨ ਕਿਸੇ ਮਤਲਬ ਭਗਵਤ ਗੀਤਾ ਦੀ ਵਿਆਖਿਆ ਕੀਤੀ ਹੋਈ ਹੈ, ਉਹਦੇ ਵਰਗਾ ਗਿਆਨ ਮੈਂ ਕਿਤੇ ਅੱਜ ਤੱਕ ਨਾ ਸੁਣਿਆ, ਨਾ ਕਿਸੇ ਨੂੰ ਪਤਾ, ਨਾ ਕਿਸੇ ਨੇ ਦਿੱਤਿਆ, ਨਾ ਕਿਸੇ ਪ੍ਰਚਾਰਕ ਨੇ ਕਿਹਾ ਜੋ ਉਹਦੇ 'ਚ ਲਿਖਿਆ ਹੋਇਆ। ਪੂਰਨ ਬ੍ਰਹਮ ਗਿਆਨੀ ਦੀ ਭਗਵਤ ਗੀਤਾ ਉਚਾਰੀ ਹੋਈ ਆ ਉਹ, ਔਰ ਉਹਦੀ ਸ਼ਬਦਾਵਲੀ, ਜਿਹੜਾ ਪ੍ਰਚਾਰ ਹੈ, ਮਤਲਬ ਹੈ, ਮੀਨਿੰਗ ਹੈ, ਉਹ ਸਾਰਾ ਲਿਖਿਆ ਹੈ, ਸੰਸਕ੍ਰਿਤ ਦੇ ਵਿੱਚ ਹੈ।
ਮੇਰੇ ਕੋਲ ਜਪਜੀ ਸਾਹਿਬ ਵੀ ਸੰਸਕ੍ਰਿਤ ਦੇ ਵਿੱਚ ਹੈ। ਸੰਸਕ੍ਰਿਤ? ਹਾਂ ਦੇਖੋ, ਉਹ 150 ਸਾਲ ਪਹਿਲਾਂ ਪੜ੍ਹ ਲੈਂਦੇ ਹੋ ਸੰਸਕ੍ਰਿਤ, ਲਾਹੌਰ ਦਾ ਸਭਿਆ ਹੈ, ਨਾਲ ਹਿੰਦੀ ਹੈ, ਜਿਹਨੂੰ ਅਸੀਂ ਦੂਸਰੀ ਭਾਸ਼ਾ ਕੀ ਕਹਿੰਦੇ ਹਾਂ ਆਪਾਂ, ਹਿੰਦੀ ਵਾਲੀ ਨੂੰ, ਉਹ ਵੀ ਹੈ, ਸੰਸਕ੍ਰਿਤ ਬੈਠੇ ਅੱਖਰ ਜੋੜ ਜੋੜ ਕੇ ਪੜ੍ਹੀ ਜਾਂਦੇ ਹਾਂ। ਜਪਜੀ ਸਾਹਿਬ ਸੰਸਕ੍ਰਿਤ ਦੇ ਵਿੱਚ ਬਹੁ ਜੀ, ਮੈਨੇ ਰਖਾਉਂਦਾ, ਅੱਜ ਦੇ ਟਾਈਮ 'ਚ ਕਿਸੇ ਕੋਲ ਹੈ ਨਹੀਂ। ਆਨੰਦ ਹੈ ਜੀਵਨ 'ਚ, ਪਰਮਾਨੰਦ ਹੈ। ਉਹ ਕੀ ਫਰਕ ਹੁੰਦਾ? ਆਨੰਦ ਤਾਂ ਖਾ ਪੀ ਲਿਆ, ਮਿੱਠਾ ਲੱਗਿਆ, ਪਰੌਂਠਾ ਖਾ ਲਿਆ, ਇਹ ਆਨੰਦ ਹੈ। ਪਰਮਾਨੰਦ ਦਾ ਮਤਲਬ ਤੁਸੀਂ ਖਾਓ ਜਾਂ ਨਾ ਖਾਓ, ਖੁਸ਼ੀ ਖੁਸ਼ ਹੈ, ਭੁੱਖੇ ਵੀ ਰਹਿ ਗਏ ਤਾਂ ਵੀ ਖੁਸ਼, ਨਹੀਂ ਸੁੱਤੇ ਤਾਂ ਵੀ ਖੁਸ਼, ਕੁਛ ਖਾ ਲਿਆ ਤਾਂ ਵੀ ਖੁਸ਼, ਨਾ ਖਾ ਲਿਆ ਤਾਂ ਵੀ ਖੁਸ਼, ਜੇਬ 'ਚ ਕੁਛ ਹੈ ਤਾਂ ਵੀ ਖੁਸ਼, ਕੱਪੜਾ ਪਾਇਆ ਤਾਂ ਵੀ ਖੁਸ਼, ਨੰਗੇ ਫਿਰਦੇ ਹੋ ਤਾਂ ਵੀ ਖੁਸ਼, ਕੋਈ ਫਰਕ ਨਹੀਂ। ਮੈਂ ਬਿਨਾਂ ਕੱਪੜਿਆਂ ਦੇ ਵੀ ਜਾ ਸਕਦਾ ਜਿੱਥੇ ਮਰਜ਼ੀ, ਮੈਂ ਹੁਣੇ ਲਾਹ ਕੇ ਚਲੇ ਜਾਂਦਾ, ਕੋਈ ਫਰਕ ਨਹੀਂ। ਮੈਂ ਸਮਾਜ ਤੋਂ ਕੀ ਲੈਣਾ? ਠੰਡ ਲੱਗ ਜੂਗੀ। ਨਹੀਂ ਲੱਗਦੀ, ਨਹੀਂ ਲੱਗਦੀ। ਉਹਨੂੰ ਕਹਿੰਦੇ ਆ ਦਿਗੰਬਰ, ਬਿਨਾਂ ਬਿਨਾਂ ਬਿਸਤਰਾ ਤੋਂ ਕੋਈ ਕੋਈ ਫਰਕ ਨਹੀਂ ਆਪਾਂ ਹੋ ਸਕਦੇ ਹਾਂ। ਕਾਹਦੀ ਕਿਹਦੇ ਕੋਲੋਂ ਸ਼ਰਮ ਕਰਨੀ ਹੈ? ਕਿਸੇ ਕੋਲੋਂ ਨਹੀਂ ਕਰਨ ਦੀ ਲੋੜ। ਕਿਆ ਫਰਕ ਹੈ ਆਦਮੀ ਔਰ ਔਰਤ 'ਚ? ਕਿਆ ਫਰਕ ਹੈ? ਕੁਛ ਵੀ ਨਹੀਂ। ਅਸੀਂ ਐਵੇਂ ਭੁਲੇਖੇ ਪਾਏ ਹੋਏ ਹਾਂ, ਇਸ ਗੱਲ ਨੂੰ ਜਿੰਨੀ ਮਰਜ਼ੀ ਵਧਾਈ ਜਾਓ, ਪਰ ਮੋਕਸ਼ ਹੈ ਜਿਹੜਾ ਉਹ ਗ੍ਰਸਤ ਦੇ ਵਿੱਚ ਸੁਲਭ ਹੈ, ਸਭ ਤੋਂ ਆਸਾਨ ਹੈ। ਜੰਗਲਾਂ ਪਹਾੜਾਂ ਦੇ ਵਿੱਚ, ਗੁਫਾਵਾਂ ਦੇ ਵਿੱਚ ਜਾਣ ਦੀ ਲੋੜ ਨਹੀਂ। ਇਹ ਤੁਹਾਡੇ ਸਾਹਮਣੇ ਮਿਸਾਲ ਕਾਇਮ ਕੀਤੀ ਹੈ ਪਰਮੇਸ਼ਵਰ ਨੇ, ਮੈਂ ਕੁਛ ਨਹੀਂ ਕਰਿਆ, ਘਰੇ ਬਹਿ ਕੇ ਪ੍ਰਾਪਤ ਘਰ ਬੈਠ ਕੇ ਕਰਿਆ। ਤੋਂ ਇਹ ਜਿਹੜਾ ਭੱਜੇ ਫਿਰਦੇ ਆ ਫਲਾਣੀ ਜਗ੍ਹਾ ਉਧਰ ਜਿੱਧਰ, ਤੁਸੀਂ ਘਰ ਬੈਠ ਕੇ ਅਸਲੀ ਜਿਹੜਾ ਬਾਣੀ 'ਚ ਲਿਖਿਆ ਨਾ, ਹੱਦ ਨਾਦ ਵੱਜਦੇ ਆ, ਉਹ ਸਾਰੇ ਨਾਦ ਮੇਰੇ ਕੋਲ ਹੈਗੇ ਆ। ਸੁਣਦੇ ਆ? ਸਭ ਸੁਣਦੇ ਆ। ਹੁਣ ਤੱਕ ਸੁਣਨ ਵਾਲੀ ਜਗ੍ਹਾ ਤੋਂ ਗਾਹਾਂ ਚਲੇ ਗਏ ਆਪਾਂ, ਜਿੱਥੋਂ ਆ ਰਹੇ ਹਾਂ ਉੱਥੇ ਚਲੇ ਗਏ। ਇਹ ਹੰਕਾਰ ਨਹੀਂ ਤੁਹਾਡਾ ਵੀ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ, ਤੁਸੀਂ ਜਦੋਂ ਇਹ ਕਹਿੰਦੇ ਹੋ ਮੈਨੂੰ ਸਾਰਾ ਗਿਆਨ ਹੋ ਗਿਆ, ਇਹ ਵੀ ਤਾਂ ਹੰਕਾਰ ਹੈ। ਨਹੀਂ, ਮੈਂ ਇਹ ਹੰਕਾਰ ਦੀ ਗੱਲ ਹੀ ਕਰਦਾ, ਮੈਂ ਮੋਟੀਵੇਟ ਕਰ ਰਿਹਾ ਦੁਨੀਆ ਨੂੰ, ਤੁਸੀਂ ਨਾਮ ਜਪੋ, ਘਰ ਬੈਠ ਕੇ ਜਪੋ, ਆਪਣਾ ਕਾਰੋਬਾਰ ਵੀ ਕਰੋ, ਬੱਚਿਆਂ ਨੂੰ ਵੀ ਪਾਲੋ, ਤੁਹਾਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋਊਗੀ। ਇਹ 'ਚ ਹੰਕਾਰ ਵਾਲੀ ਕਿਹੜੀ ਗੱਲ ਆ ਗਈ? ਜੇ ਮੈਂ ਦੱਸ ਦਿੱਤਾ ਮੈਂ ਚੁੱਪਚਾਪ ਵੀ ਚਲਾ ਜਾਵਾਂ ਸੰਸਾਰ 'ਚੋਂ, ਸੰਸਾਰ ਨੂੰ ਕੀ ਮਿਲਿਆ? ਜੇ ਮੈਂ ਦੱਸ ਦਿੱਤਾ ਅੱਜ 14 ਸਾਲ ਪਹਿਲਾਂ ਹੋਇਆ, ਤੇ 14 ਸਾਲ ਮੈਂ ਗੁਪਤ ਰਿਹਾ, ਮੈਂ ਤਾਂ ਕਿਸੇ ਨੂੰ ਦੱਸਿਆ ਨਹੀਂ, ਛੋਟੀ ਅਵਸਥਾ ਨਹੀਂ, 14 ਸਾਲ। ਮੈਂ ਤਾਂ ਮੋਟੀਵੇਟ ਕਰਿਆ। ਇਹ ਤੁਹਾਨੂੰ ਮਹਿਸੂਸ ਹੋਇਆ ਜਦੋਂ ਤੁਸੀਂ ਕਹਿ ਕੇ ਤੁਹਾਡੀ ਆਤਮਾ ਨਿਕਲ ਕੇ ਉਸ ਕਿਸੇ ਹੋਰ ਸੰਸਾਰ? ਬਿਲਕੁਲ ਬਿਲਕੁਲ, ਇਹ ਸਭ ਕੁਛ ਤੁਹਾਨੂੰ ਇਹ ਪਤਾ ਲੱਗਿਆ? ਇਹ ਸਭ ਕੁਛ ਹੁੰਦਾ ਹੈ, ਆਤਮਾ ਨੂੰ ਹੀ ਪਤਾ ਹੁੰਦਾ ਮੇਰੇ ਨਾਲ ਕੀ ਹੋ ਰਿਹਾ, ਆਤਮਾ ਨੂੰ ਹੀ ਪਤਾ ਨਾ, ਮੇਰੇ ਨਾਲ ਨਹੀਂ ਹੁੰਦਾ, ਆਤਮਾ ਨੂੰ ਹੀ ਪਤਾ ਹੁੰਦਾ ਵੀ ਕੀ ਹੋ ਰਿਹਾ। ਫਿਰ ਉਹ ਜਦੋਂ ਨਿਕਲਦੀ ਹੈ ਤਾਂ ਪੂਰਾ ਪਤਾ ਲੱਗਦਾ? ਬਿਲਕੁਲ, ਵੀ ਨਿਕਲ ਗਈ ਸਰੀਰ ਤੋਂ। ਸ਼ਿਵ ਨੇਤਰ ਬਗੈਰ ਪਰਮੇਸ਼ਵਰ ਦੇ ਦਰਸ਼ਨ ਨਹੀਂ ਹੁੰਦੇ, ਨਵੀਂ ਗੱਲ ਆ ਗਈ। ਹੁਣ ਤੁਸੀਂ ਕਹੋਗੇ ਸ਼ਿਵ ਨੇਤਰ ਹੈ ਜਿਹੜਾ, ਉਹ ਤੀਜਾ ਨੇਤਰ ਕਹਿੰਦੇ, ਇੱਥੇ ਕੁਛ ਪਤਾ ਲੱਗਦਾ ਸੈਂਟਰ 'ਚ, ਉਹ ਵੀ ਹੈ। ਅੱਛਾ, ਉਹ ਵੀ ਹੁੰਦਾ ਹੈ? ਹੁੰਦਾ ਨਹੀਂ, ਹੈ। ਪਰ ਇੰਨੀ ਸ਼ਾਂਤੀ, ਇੰਨਾ ਸਮਾਣਾ, ਗੱਲ ਨੂੰ ਸੰਭਾਲ ਕੇ ਰੱਖਣਾ ਆਸਾਨ ਨਹੀਂ। ਮਾੜੀ ਮਾੜੀ ਉਪਾਧੀ ਲੈ ਕੇ ਲੋਕ ਗਰਦਨਾ ਘੁਮਾਉਂਦੇ ਫਿਰੀ ਜਾਂਦੇ ਨੇ। ਇਹ ਕਿਉਂ ਘੁਮਾਉਂਦੇ? ਇਹ ਪਾਸਟਰ ਐਂ ਕਰਦੇ ਨੇ, ਹਾਂ, ਤੇ ਕੋਈ ਕੁਛ ਐਂ ਕਰ ਰਿਹਾ, ਕੋਈ ਕੁਛ ਸਿਰ ਘੁਮਾ ਰਿਹਾ। ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਇਹ ਤਮਾਸ਼ਾ ਹੈ ਸਾਰਾ, ਸਿੰਪਲ ਜੀ ਗੱਲ ਹੈ।
ਇਹ ਤਮਾਸ਼ਾ ਹੈ, ਇਹ ਧਰਮ ਨੂੰ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਕੋਈ ਤਰੀਕਾ ਨਹੀਂ ਹੈ। ਨਹੀਂ ਨਾ, ਆ ਜਿਹੜੀਆਂ ਉਹ ਲੱਗਦੀਆਂ ਪਤਾ ਨਹੀਂ ਕੀ ਕਹਿੰਦੇ ਆ ਵੀ ਵੀਰਵਾਰ ਨੂੰ ਲਾਵਾਂਗੇ, ਫਿਰ ਉਹ ਐਂ ਸਿਰ ਘੁਮਾਉਂਦੇ ਆ, ਫਿਰ ਦੱਸ ਦਿੰਦੇ ਆ ਵੀ ਤੇਰੇ ਆਹ ਹੈ, ਕਿਸੇ ਨੇ ਕਰਤਾ ਕੁਛ। ਸੁਣੋ ਜੀ, ਜੇ ਕਿਸੇ ਪਾਸਟਰ ਕੋਲ ਪੰਜਾਬ ਦੇ ਕੋਲ, ਪਹਿਲਾਂ ਪੰਜਾਬ ਹੀ ਬਹੁਤ ਹੈ, ਜੇ ਕੋਈ ਐਸੀ ਸ਼ਕਤੀ ਹੈਗੀ ਹੈ ਤਾਂ ਮੇਰੇ ਢਾਬੇ 'ਤੇ ਆ ਕੇ ਮਿਲ ਲਵੇ, ਮੇਰਾ ਸਿਰ ਘੁਮਾ ਕੇ ਦਿਖਾ ਦੇਵੇ, ਨਹੀਂ ਮੈਂ ਦੇਖ ਲੈਂਦਾ ਫਿਰ ਉਹ ਮੇਰੇ ਕੋਲ ਆ ਜਾਵੇ। ਹੋਰ ਦੱਸੋ, ਇਕੱਲੇ ਪਾਸਟਰ ਕਿਉਂ, ਕਈ ਸਾਈਂ ਵੀ ਬੈਠੇ ਹੈ। ਸਾਈਂ ਵੀ ਆ ਜਾਣ, ਸਾਈਆਂ ਨੂੰ ਵੀ ਮੈਂ ਵੈਲਕਮ ਕਰਦਾ, ਆ ਜਾਓ ਵੈਲਕਮ, ਪਾਸਟਰ ਵੀ ਵੈਲਕਮ, ਸਾਈਂ ਵੀ ਵੈਲਕਮ। ਬਿਮਾਰੀਆਂ ਨਹੀਂ ਠੀਕ ਹੁੰਦੀਆਂ, ਉਹ ਕਹਿੰਦੇ ਕਿ ਉਹ ਕੈਂਸਰ ਵੀ ਠੀਕ ਹੋ ਜਾਂਦੀ ਹੈ, ਵੱਡੀਆਂ ਵੱਡੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ। ਨਹੀਂ, ਤੁਸੀਂ ਅੱਜ ਕੈਂਸਰ ਠੀਕ ਕਰਾ ਲਿਆ, ਤੁਹਾਡਾ ਕਰਮ ਤਾਂ ਪੈਂਡਿੰਗ ਰਹਿ ਗਿਆ। ਉਹ ਕੌਣ ਭੁਗਤੂਗਾ? ਇਹ ਤਾਂ ਅਧਿਆਤਮਕ ਗੱਲ ਹੈ, ਕਰਮ ਤਾਂ ਤੁਹਾਨੂੰ ਭੁਗਤਣਾ ਹੀ ਪੈਣਾ। ਕਿਸੇ ਪਾਸਟਰ ਤੋਂ ਜਾਂ ਸਾਈਂ ਤੋਂ ਕੈਂਸਰ ਤਾਂ ਗਲਤ ਕਰਾ ਲਿਆ, ਇਹ ਗਲਤ ਹੈ। ਤੁਸੀਂ ਉਧਾਰ ਲੈ ਰਹੇ ਹੋ, ਉਧਾਰ ਤੁਹਾਨੂੰ ਮੋੜਨਾ ਹੀ ਪੈਣਾ, ਤਾਂ ਤੁਹਾਡਾ ਮੋਕਸ਼ ਹੋਣਾ, ਇਹ ਸੰਸਾਰ ਚੋਂ ਛੁਟਕਾਰਾ ਤਾਂ ਹੋਣਾ। ਜਦ ਤੁਹਾਡਾ ਲੈਣ ਦੇਣ ਬਰਾਬਰ ਹੋ ਗਿਆ, ਹਿਸਾਬ ਕਲੀਅਰ ਹੋ ਗਿਆ, ਤਾਂ ਤੁਹਾਡਾ ਮੋਕਸ਼ ਹੋਣਾ, ਤਾਂ ਤੁਹਾਡੀ ਭਗਤੀ ਸਿਰ ਲੱਗਣੀ ਹੈ। ਨਹੀਂ ਨਹੀਂ ਲੱਗਣੀ, ਫਿਰ ਅਗਲੇ ਜਨਮ 'ਚ ਗੱਲ ਹੋਊ। ਉਹ ਤਾਂ ਜਨਮ ਇਹਦਾ ਲੈਣਾ ਹੀ ਪੈਣਾ, ਫਿਰ ਇਹ ਲਿਖੇ ਲਾ ਦਈਏ, ਜਿਵੇਂ ਬਾਣੀ 'ਚ ਵੀ ਲਿਖਿਆ, ਬਹੁਤ ਜਨਮ ਵਿਛੜੇ ਥੇ ਮਾਤੋ। ਬਿਲਕੁਲ, ਇਹ ਜਨਮ ਤੁਮਾਰੇ ਲਿਖੇ। ਹਾਂ, ਲਿਖੇ ਲਾਉਣਾ ਪਊਗਾ, ਨਹੀਂ ਗੱਲ ਨਹੀਂ ਬਣਨੀ, ਨਹੀਂ ਬਣਨੀ ਨਹੀਂ। ਇਹ ਤਾਂ ਤੁਹਾਨੂੰ ਆਪਣੇ ਆਪ ਨੂੰ ਸਮਾਜ ਦੇ ਉੱਤੋਂ ਕੁਰਬਾਨ ਕਰਨਾ ਹੀ ਪਊਗਾ, ਤਾਂ ਗੱਲ ਬਣੂਗੀ। ਕੁਛ ਵੀ ਹੋ ਜੇ, ਸਮਾਜ ਕੁਛ ਵੀ ਕਹੇ, ਪਰਵਾਹ ਨਾ ਕਰੋ, ਮਤਲਬ ਹੈ ਨਹੀਂ। ਇਸ ਦਾ ਮੌਕਾ ਇਸ ਮਨੁੱਖ ਜੋਨੀ ਦੇ ਵਿੱਚ ਦੁਬਾਰਾ ਕਿੱਥੇ ਮਿਲਣਾ? ਸਭ ਕੁਛ ਬਰਬਾਦ ਹੋ ਜੇ, ਪਰ ਭਗਤੀ ਨਾ ਛੱਡੋ। ਮੀਰਾ ਨੇ ਛੱਡਿਆ ਨਹੀਂ, ਰਾਜਪਾਟ ਨਹੀਂ ਛੱਡਿਆ ਮੀਰਾ ਨੇ, ਪ੍ਰਹਲਾਦ ਨੇ, ਪ੍ਰਹਲਾਦ ਨੇ ਬਹੁਤ ਬਹੁਤ ਐਸੀਆਂ ਆਪਣੀਆਂ ਗੱਲਾਂ ਬਾਤਾਂ ਹੈਗੀਆਂ ਸਮਾਜ ਉਹਦੇ ਵਿੱਚ, ਗ੍ਰੰਥਾਂ ਦੇ ਵਿੱਚ, ਅਸੀਂ ਪੜ੍ਹਦੇ ਨਹੀਂ ਹੈ, ਸਾਨੂੰ ਵਿਸ਼ਵਾਸ ਨਹੀਂ। ਸਾਨੂੰ ਵਿਸ਼ਵਾਸ ਇਹ ਹੈ ਵੀ ਸਾਡੀ ਜਿਹੇ 'ਚ ਰੁਪਈਏ ਕਿਵੇਂ ਆਉਂਦੇ ਆ, ਦੁੱਧ 'ਚ ਪਾਣੀ ਕਿੰਨਾ ਪਾਈਏ, ਦੇਸੀ ਘਿਓ 'ਚ ਡਾਲਡਾ ਕਿਵੇਂ ਪਾਈਏ, ਹਾਂਜੀ, ਬੇਸਣ ਦੇ ਵਿੱਚ ਚੌਲ ਕਿਵੇਂ ਮਿਲਾਈਏ, ਪੈਸਾ ਕਿਵੇਂ ਜ਼ਿਆਦਾ ਜ਼ਿਆਦਾ ਬਣਾਈਏ। ਪੈਸਾ ਤਾਂ ਪੈਸੇ ਨਾਲ ਛੱਡ ਕੇ ਆਪਾਂ ਉਰੀ ਮਰ ਜਾਣਾ, ਗਾਂ ਪਰਿਵਾਰ ਦੇ ਕੰਮ ਆਉਣਾ, ਪੋਤੇ ਪਰਿਵਾਰ ਕਿਹੜਾ ਤੁਹਾਡਾ ਪਰਿਵਾਰ ਦਾ, ਆਹੋ ਆਹੀ ਤਾਂ ਭੁਲੇਖਾ ਹੈ ਆਪਦੇ ਹੈ। ਨਾ 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 ਨਾ, ਬੰਦਾ ਕਹਿੰਦਾ ਸਾਂਭਣਗੇ, ਹੋਰ ਨਹੀਂ ਤਾਂ ਗਲਤ, ਕਿਸੇ ਨਹੀਂ ਸਾਂਭਣਾ, ਆਹੀ ਤਾਂ ਮਾਰ ਪੈਂਦੀ ਜਿਹੜਾ ਆਪਾਂ ਸੋਚਦੇ ਹਾਂ ਪਰਿਵਾਰ ਸਾਂਭੂਗਾ, ਮੇਰੇ ਪੋਤੇ ਪੋਤੀਆਂ ਚਲਾਉਣਗੇ ਫੈਕਟਰੀਆਂ, ਭੁਲੇਖਾ ਨਹੀਂ ਹੈ, ਹੋਰ ਕੀ ਹੈ ਵੀ ਤੂੰ ਕਰਮ, ਤੈਨੂੰ ਜਨਮ ਕਿਸ ਵਾਸਤੇ ਦਿੱਤਾ, ਤੂੰ ਜਨਮ ਅਵਜਾਈ ਗਵਾਤਾ, ਆਹ ਠੀਕਰੀਆਂ ਇਕੱਠੀਆਂ ਕਰਦਾ ਰਹਿ ਗਿਆ, ਉਹ ਚਲਾ ਗਿਆ ਛੱਡ ਕੇ। ਉਹ ਮਹਾਰਾਜ ਆਹੀ ਕੁਛ ਹੋ ਰਿਹਾ ਸਾਰੇ ਸੰਸਾਰ ਦੇ ਵਿੱਚ, ਚਾਰੇ ਪਾਸੇ ਨਜ਼ਰ ਮਾਰੋ, ਫਿਰ ਕੀ ਕਰੀਏ? ਕਰਮ ਕਰੋ, ਅੱਛੇ ਕਰਮ ਕਰੋ, ਧਨ ਕਮਾਓ ਆਪਣੀ ਉਜਰਤ ਵਾਸਤੇ, ਪੇਟ ਭਰਨ ਵਾਸਤੇ, ਉਦੋਂ ਬਾਅਦ ਤੁਸੀਂ ਭਗਤੀ ਕਰੋ, ਫਿਰ ਆਨੰਦ ਲਓ। ਆਨੰਦ ਤਾਂ ਤੁਹਾਡੀ ਭਗਤੀ ਨੇ ਦਵਾਉਣਾ, ਜਿੰਨੀ ਕਰੋਗੇ ਓਨਾ ਆਨੰਦ ਆ ਜੂਗਾ, ਪਰਮਾਨੰਦ, ਪਰਮਾਨੰਦ ਤਾਂ ਬਾਅਦ 'ਚ ਆਊ, ਪਹਿਲਾਂ ਆਨੰਦ ਆਊਗਾ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ। ਤੁਹਾਡਾ ਵੀ ਬੱਕਰ ਸਾਹਿਬ ਬਹੁਤ ਬਹੁਤ ਧੰਨਵਾਦ। ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ, ਜਿਨ੍ਹਾਂ ਨੇ ਮੈਨੂੰ ਮਿਲਣਾ ਹੋਵੇ ਦੂਰ ਦਰੇਡਿਓਂ ਆ ਕੇ ਮੱਕੜ ਸਾਹਿਬ ਵਾਲੀ ਵੀਡੀਓ ਦੇਖ ਕੇ, ਉਹ ਬਿਲਕੁਲ ਬੜੇ ਆਰਾਮ ਨਾਲ ਆ ਸਕਦੇ ਨੇ। ਮੈਂ ਸਾਰਿਆਂ ਨੂੰ ਪੂਰਾ ਟਾਈਮ ਦਊਂਗਾ ਔਰ ਕਿਸ ਸਭ ਦਾ ਮਾਨ ਆਦਰ ਕਰੂੰਗਾ, ਲੇਕਿਨ ਜੇ ਕੋਈ ਕਮੀ ਪੇਸ਼ੀ ਮੇਰੀ ਗੱਲਬਾਤ ਦੇ ਵਿੱਚ ਹੋਵੇ, ਤੁਸੀਂ ਬੈਠ ਕੇ ਮੇਰੇ ਨਾਲ ਉਹਦਾ ਵਿਚਾਰ ਕਰ ਸਕਦੇ ਹੋ, ਆਪਾਂ ਵਿਚਾਰ ਕਰ ਸਕਦੇ ਹਾਂ ਵੀ ਤੁਸੀਂ ਆਹ ਗੱਲ ਕਹੀ ਹੈ,
ਮੈਂ ਹਰ ਗੱਲ ਦਾ ਜਵਾਬ ਉਹਨਾਂ ਨੂੰ ਦਊਂਗਾ। ਮੇਰੇ ਕੋਲ ਧਰਮ ਬਾਰੇ, ਆਤਮਾ ਪਰਮਾਤਮਾ ਬਾਰੇ ਹਰ ਗੱਲ ਦਾ ਮੇਰੇ ਕੋਲ ਪੂਰਾ ਜਵਾਬ ਹੈਗਾ। ਮੈਂ ਸੋਚ ਕੇ ਜਵਾਬ ਨਹੀਂ ਦਊਂਗਾ, ਕਿਉਂਕਿ ਮੇਰੇ ਕੋਲ ਹਰ ਗੱਲ ਦਾ, ਮੈਨੂੰ ਸਮਝ ਹੈਗੀ, ਮੈਂ ਕਰ ਸਕਦਾ। ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਬਾਬਾ ਜੀ ਨਾਲ ਗੱਲਾਂ ਬਾਤਾਂ ਇਸ ਪੇਸ਼ਕਸ਼ 'ਚ ਇੰਨੀਆਂ ਇਜਾਜ਼ਤ ਦਿਓ। ਧੰਨਵਾਦ।